ਹੁਣ ਪੰਜਾਬ ਦੇ ਵਿੱਚ ਨਸ਼ਾ ਆਪਾਂ ਦੇਖ ਹੀ ਲਿਆ ਕਿ ਬਹੁਤ ਜ਼ਿਆਦਾ ਵੱਧ ਗਿਆ ਔਰ ਜਿੰਨੇ ਦਿਨ ਉਨੀਆਂ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ ਔਰ ਪੰਜਾਬ ਸਰਕਾਰ ਰੋਕ ਨਹੀਂ ਪਾ ਰਹੀ। ਹੁਣ ਇਹਨਾਂ ਨੇ ਇਹ ਕਦਮ ਚੱਕ ਲਿਆ ਜੀ ਪੰਜਾਬ ਪੁਲਿਸ ਦੇ ਤਬਾਦਲੇ ਕਰਕੇ ਬਹੁਤ ਵੱਡੇ ਪੱਧਰ 'ਤੇ ਕਿ ਪੰਜਾਬ ਪੁਲਿਸ ਦੇ ਤਬਾਦਲਿਆਂ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੂ, ਕੀ ਇਹ ਕਦਮ ਕਾਫੀ ਹੈ? 73% ਦੇ ਆਸ ਪਾਸ ਪੁਲਿਸ ਫੋਰਸ ਹੈ ਉਹ ਤਾਂ ਸਿਕਿਉਰਿਟੀ ਡਿਊਟੀਆਂ 'ਤੇ ਹੈ ਜੀ, VIP ਸਿਕਿਉਰਿਟੀ ਡਿਊਟੀਆਂ ਨੇ ਜੀ। 10% ਪੁਲਿਸ ਫੋਰਸ ਹੈ ਉਹ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਜੀ, ਜਿੰਨੇ ਵੀ ਧਰਨੇ ਮੁਜ਼ਾਹਰੇ ਜੋ ਵੀ ਰੋਜ਼ ਦਾ ਕੰਮ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਉਹਨਾਂ ਦੀ ਡਿਊਟੀਆਂ ਵੀ ਉਹਨੂੰ ਕੰਟਰੋਲ ਕਰਕੇ ਰੱਖਣਾ ਤਾਂ ਕਿ ਇਹ ਹਾਲਾਤ ਜਿਹੜੇ ਨੇ ਬੇਕਾਬੂ ਨਾ ਹੋ ਜਾਣ। 5% ਪੁਲਿਸ ਫੋਰਸ ਜਿਹੜੀ ਆ ਉਹ ਥਾਣਿਆਂ ਦੇ ਵਿੱਚ ਹਾਜ਼ਰੀ ਉਹਨਾਂ ਦੀ ਚਾਹੀਦੀ ਹੈ ਵੀ ਉੱਥੇ ਦਾ ਕੋਈ ਕੰਮਕਾਰ ਆ ਜਿਹੜਾ ਕਾਗਜ਼ੀ ਕੰਮਕਾਰ ਹੈ ਉਹ ਦੇਖਣਾ ਉਹਨਾਂ ਵਾਸਤੇ ਦਫ਼ਤਰਾਂ ਦੇ ਵਿੱਚ ਜਿਹੜੇ, ਹਾਂਜੀ ਜਿਹੜੇ ਮੋਟਾ ਮੋਟਾ ਤੁਸੀਂ ਇਹ ਲਾ ਲਓ ਵੀ ਜਿਹੜੀ ਆ 12% ਬਚੀ ਫਿਰ ਪੁਲਿਸ, ਹਾਂ 12% ਪੁਲਿਸ ਫੋਰਸ ਬਚੀ ਆ, ਉਹਨੇ ਟ੍ਰੈਫਿਕ ਦੀਆਂ ਡਿਊਟੀਆਂ ਵੀ ਦੇਣੀਆਂ ਨੇ ਅਤੇ ਉਹਨੇ ਕ੍ਰਾਈਮ ਦੇ ਉੱਤੇ ਵੀ ਜਿਹੜਾ ਹੈ ਕਾਬੂ ਪਾਉਣਾ ਹੈਗਾ ਜੀ, ਉਹ ਨਸ਼ਾ ਵੀ ਉਹਨਾਂ ਨੇ ਫੜਨਾ ਹੈਗਾ। ਅਤੇ 12% ਜਿਹੜੀ ਪੁਲਿਸ ਆ ਉਹ ਫਿਰ ਕਿੱਥੇ ਨਸ਼ਾ ਰੋਕ ਲੂ, ਕਿੱਥੇ ਜਿਹੜੀ ਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਕਰਨ? ਉਹ ਬਿਲਕੁਲ ਉਹ ਕਹਿੰਦੇ ਨੇ ਜੀ ਸਾਡੇ ਹੱਥ ਖੜੇ ਨੇ, ਹਾਲਾਤ ਇੰਨੇ ਬਦਤਰ ਹੋ ਗਏ ਨੇ ਜੀ, ਜਾਂ ਇਹ ਲਾ ਲਓ ਵੀ ਸਰਕਾਰ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। 2 ਦਿਨ ਪਹਿਲਾਂ ਜੀ ਮੋਗੇ ਦੇ ਕਿਸੇ ਪਿੰਡ ਦੀ ਮੋਟਰ 'ਤੇ ਇੱਕ ਨੌਜਵਾਨ ਮਜ਼ਦੂਰ ਦੀ ਲਾਸ਼ ਮਿਲੀ ਜੀ, ਸ਼ਾਇਦ ਉਹਦਾ ਨਾਮ ਗੋਲੂ ਸੀ ਜੇ ਮੈਂ ਠੀਕ ਕਹਿ ਰਿਹਾ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਉਹਦਾ ਰਿਸ਼ਤੇਦਾਰ, ਉਹਦੇ ਬਾਪ, ਚਾਚੇ, ਤਾਏ ਉਹ ਇਹ ਕਹਿ ਰਹੇ ਨੇ ਜੀ ਇਕੱਠੇ ਹੋ ਕੇ ਵੀ ਸਾਡਾ ਮੁੰਡਾ ਨਸ਼ੇ ਦੀ ਓਵਰਡੋਜ਼ ਨਾਲ ਮਰਿਆ, ਬਿਲਕੁਲ ਇਹਦੇ ਸਰਿੰਜਾਂ ਅਸੀਂ ਕੋਲ ਪਈਆਂ ਦੇਖੀਆਂ ਨੇ, ਠੀਕ ਹੈ ਜੀ। ਪੁਲਿਸ ਇਹ ਕਹਿ ਰਹੀ ਹੈ ਕਿ ਜਦੋਂ ਅਸੀਂ ਇੱਥੇ ਆਏ ਕੁਛ ਨਹੀਂ ਸੀਗਾ, ਇਹ ਬੰਦਾ ਹਾਰਟ ਅਟੈਕ ਨਾਲ ਮਰਿਆ। ਇਹ ਜੜ ਕਿੱਥੋਂ ਲੱਗੀ, ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਇਹ ਜੜ ਕਿੱਥੋਂ ਲੱਗੀ? ਜਿਵੇਂ ਤੁਸੀਂ ਕਿਹਾ ਕਿ ਚਿੱਟੇ ਨੂੰ ਹੈਰੋਇਨ ਨੂੰ ਹੀ ਆਪਾਂ ਜਿਹੜਾ ਉਹ ਡਰੱਗ ਮੰਨਦੇ ਹਾਂ, ਹਾਲਾਂਕਿ ਜਾਨਲੇਵਾ ਵੀ ਜ਼ਿਆਦਾ ਇਹੀ ਹੈ, ਹਾਂਜੀ, ਤਾਂ ਇਹਨਾਂ ਦੀ ਵੀ ਗੱਲ ਕਰਦੇ ਹਾਂ, ਇਹ ਜੜ ਕਦੋਂ ਪੰਜਾਬ ਦੇ ਵਿੱਚ ਲੱਗੀ ਇਸ ਚੀਜ਼ ਦੀ ਔਰ ਕਿਵੇਂ ਕਿਵੇਂ ਇਹ ਵੱਧਦੀ ਗਈ? ਪਹਿਲਾਂ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਆਪਾਂ ਇਹਨੂੰ ਕਹੀਏ ਕਿ ਨਸ਼ਾ ਕਾਂਡ ਹੋਇਆ ਜਾਂ ਫੜਿਆ ਗਿਆ ਜਾਂ ਜਿਹੜਾ ਸੁਰਖੀਆਂ 'ਚ ਆਇਆ ਜੀ, ਉਹ ਸੀਗਾ ਜਗਦੀਸ਼ ਭੋਲਾ 700 ਕਰੋੜ ਦੇ ਡਰੱਗ ਦੇ ਵਿੱਚ ਕੇਸ ਦੇ ਵਿੱਚ ਫੜਿਆ ਗਿਆ ਸੀਗਾ। ਪੰਜਾਬ ਪੁਲਿਸ ਦਾ DSP ਸੀਗਾ ਜੀ, ਉਹ ਕੋਈ ਕੋਂਸਟੇਬਲ ਨਹੀਂ ਸੀਗਾ, ਉਹ ਕੋਈ ਸਬ ਇੰਸਪੈਕਟਰ ਨਹੀਂ ਸੀਗਾ, DSP ਸੀਗਾ ਅਰਜਨਾ ਵਾਲੀ ਸੀਗਾ ਜੀ। ਉਸ ਤੋਂ ਬਾਅਦ ਜੇ ਆਪਾਂ ਖਬਰਾਂ 'ਚ ਆਇਆ ਸੁਰਖੀਆਂ 'ਚ ਕਹਿ ਦਈਏ ਤਾਂ ਸੀਗਾ ਉਹ ਗੁਰਦਾਸਪੁਰ SP ਸਲਵਿੰਦਰ ਸਿੰਘ ਸੀਗਾ ਜੀ, ਤੁਹਾਨੂੰ ਯਾਦ ਹੋਣਾ ਉਹ ਪਠਾਨਕੋਟ ਗਿਆ ਸੀ, ਉਹਦੇ ਨਾਲ ਇੱਕ ਸੁਨਹਿਰਾ ਸੀਗਾ ਜੀ, ਬਾਰਡਰ ਤੋਂ ਉਹ ਕਹਿੰਦੇ ਸਾਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ। ਹੁਣ ਗੁਰਦਾਸਪੁਰ SP ਸੁਨਹਿਰੇ ਨੂੰ ਨਾਲ ਲੈ ਕੇ ਪਠਾਨਕੋਟ ਦੇ ਬਾਰਡਰ 'ਤੇ, ਇੰਟਰਨੈਸ਼ਨਲ ਬਾਰਡਰ 'ਤੇ ਕੀ ਕਰਨ ਗਿਆ ਸੀ, ਸੁਨਿਆਰੇ ਨੂੰ ਨਾਲ ਲੈ ਕੇ ਜਾਣਾ ਜੀ, ਉੱਥੇ ਦੇ ਲੋਕਲ ਬੰਦਿਆਂ ਨੂੰ ਪੁੱਛੋ ਨਾ ਜੀ, ਉਹ ਕਹਿੰਦੇ ਵੀ ਜਿਹੜੀ ਡਰੱਗ ਦੀ ਪੇਮੈਂਟ ਹੁੰਦੀ ਹੈ ਜਾਂ ਜੋ ਕਿਸੇ ਨੂੰ ਇੱਥੇ ਪਾਰ ਲੰਘਾਉਣਾ ਕਰਨਾ ਜਾਂ ਕੁਛ ਵੀ ਆਪਾਂ ਇਹਨੂੰ ਨਾਮ ਦੇ ਦਈਏ ਤਸਕਰੀ ਨੂੰ, ਉਹ ਸੋਨੇ ਜਾਂ ਹੀਰੇ ਜਵਾਹਰਾਤ 'ਚ ਹੁੰਦੀ ਹੈਗੀ ਹੈ ਜੀ। ਅੱਛਾ, ਅਤੇ ਉਹਦੀ ਜੇ ਪਛਾਣ ਕਰਨੀ ਹੈ ਵੀ ਇਹ ਕਿੰਨਾ ਕੁ ਅਸਲੀ ਹੈ ਕਿੰਨਾ ਕੁ ਨਕਲੀ ਹੈ, ਉਹ ਸੁਨਿਆਰਾ ਹੀ ਕਰ ਸਕਦਾ ਜੀ, ਹੋਰ ਕੌਣ ਕਰ ਸਕਦਾ, ਤਾਂ ਸੁਨਿਆਰਾ ਲੱਗ ਗਿਆ ਅਤੇ ਹੋਰ ਸੁਨਿਆਰਾ ਨੂੰ ਮਤਲਬ ਜੀ ਕਾਹਦੇ ਵਾਸਤੇ ਲੈ ਕੇ ਜਾਣਾ ਹੈ। ਅਗਲਾ ਕੇਸ ਜਿਹੜਾ ਆਇਆ ਜੀ ਉਹ ਸੀਗਾ SSP ਰਾਜਜੀਤ ਸੀਗੇ ਜੀ ਮੋਗੇ ਦੇ, ਉਹਨਾਂ ਦਾ ਕੇਸ ਆਇਆ ਜੀ, ਉਹਨਾਂ ਦੇ ਕੇਸ ਦੀ ਤਫਤੀਸ਼, ਇੰਦਰਜੀਤ ਇੰਸਪੈਕਟਰ ਸੀਗਾ ਜੀ ਉਹਨਾਂ ਦਾ ਨਾਮ ਆਇਆ, ਉਹਨਾਂ ਦੀ ਜਿਹੜੀ ਤਫਤੀਸ਼ ਹੈ ਉਹ ਸਿੱਟ ਨੇ ਜਿਹੜੀ ਨੇ ਕੀਤੀ ਉਹ DGP ਚੱਟੋਪਾਧਿਆਇ ਨੇ ਕੀਤੀ ਜੀ। ਜਿਹੜੀ DGP ਚੱਟੋਪਾਧਿਆਇ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ, ਉਸ 'ਚ ਲਿਖਿਆ ਹੋਇਆ ਜੀ, ਉਹ ਹਾਈ ਕੋਰਟ ਦੇ ਵਿੱਚ ਜਮ੍ਹਾਂ ਹੋਈ ਹੈ ਰਿਪੋਰਟ, ਕਿ ਇਹਦੇ ਵਿੱਚ DGP ਸੁਰੇਸ਼ ਅਰੋੜਾ ਅਤੇ DGP ਦਿਨਕਰ ਗੁਪਤਾ ਇਹਨਾਂ ਵੱਲ ਸੂਈ ਜਾ ਰਹੀ ਹੈ, ਕਿਉਂਕਿ ਚੰਡੀਗੜ੍ਹ 'ਚ ਇੱਕ ਬਨਾਮੀ ਕੋਠੀ ਹੈ ਜਿਹੜੀ ਉਹ 5-6 ਕਰੋੜ ਦੀ ਲਾਗਤ ਨਾਲ ਉਹ ਰਾਜਜੀਤ ਤਿਆਰ ਕਰਾ ਰਿਹਾ ਸੀਗਾ, ਉਹ ਦਿਨਕਰ ਗੁਪਤਾ ਵਾਸਤੇ ਸੀ ਜਾਂ ਜਿਹਦੇ ਵਾਸਤੇ ਵੀ ਸੀ, ਇਹ ਲਿੰਕ ਜਿਹੜਾ ਹੈ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਨਾਲ ਜੋੜਤਾ, ਨੱਥੀ ਕੀਤਾ ਜੀ। ਚੀਫ ਮਿਨਿਸਟਰ ਭਗਵੰਤ ਮਾਨ ਨੇ ਇੱਕ ਅਨਾਊਂਸਮੈਂਟ ਕੀਤੀ ਸੀਗੀ ਕਿ ਜਿਹੜਾ ਵੀ ਪੁਲਿਸ ਵਾਲਾ ਫੜਿਆ ਗਿਆ ਜਦੋਂ 10,000 ਬੰਦੇ ਦੇ ਤਬਾਦਲਾ ਕੀਤਾ ਨਾ, ਕਿ ਜਿਹੜਾ ਵੀ ਪੁਲਿਸ ਅਫਸਰ ਜਾਂ ਕੋਈ ਵੀ ਮੁਲਾਜ਼ਮ ਫੜਿਆ ਗਿਆ
ਨਸ਼ੇ ਦੇ ਨਾਲ ਸੰਬੰਧਿਤ ਉਹ ਨਾਲ ਦੀ ਨਾਲ ਡਿਸਮਿਸ ਕਰ ਦਿੱਤਾ ਜਾਊਗਾ ਸਰਵਿਸ ਦੇ ਵਿੱਚੋਂ। ਇੱਕ DIG ਨੇ ਜੀ ਇੰਦਰਬੀਰ ਸਿੰਘ ਬਕਾਇਦਾ ਨਾਮ ਲੈ ਕੇ ਉਹਨਾਂ ਨੇ ਪੁੱਛਿਆ ਕਿ 2 ਸਾਲ ਤੋਂ ਉਹਨਾਂ ਦੇ NDPS ਦਾ ਪਰਚਾ ਦਰਜ ਹੈ, ਉਹਨਾਂ ਦੇ ਉਹ ਸਰਵਿਸ 'ਚ ਕਿਉਂ ਬਣੇ ਹੋਏ ਨੇ। ਉਹ ਕਹਿੰਦੇ ਜੀ ਮੈਨੂੰ ਤਾਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇ ਤੁਸੀਂ ਸੀਰੀਅਸ ਹੋਵੋ ਜੋ ਤੁਸੀਂ ਕਹਿ ਰਹੇ ਹੋ ਤਾਂ ਤੁਹਾਡਾ ਇੱਕ DIG ਰੈਂਕ ਦਾ ਬੰਦਾ 2 ਸਾਲ ਤੋਂ ਤਾਂ ਪਰਚਾ ਹੋਇਆ ਹੋਵੇ, ਨਾ ਤੁਸੀਂ ਉਹਨੂੰ ਕਲੀਨ ਚਿੱਟ ਦਿੱਤੀ ਹੈ, ਨਾ ਹੀ ਤੁਸੀਂ ਉਹ 'ਤੇ ਕਾਰਵਾਈ ਕੀਤੀ ਆ, ਉਹ ਕੋਈ ਨਾ ਕੋਈ ਪਦ ਦੇ ਉੱਤੇ ਲਾਇਆ ਹੋਇਆ ਹੈਗਾ, ਉਹ ਸਰਵਿਸ 'ਤੇ ਚੱਲ ਰਿਹਾ ਹੈਗਾ ਜੀ। ਜਿਹੜੇ ਫੈਕਟ ਨੇ ਉਹ ਪੁਆਇੰਟ ਇਹ ਕਰ ਰਹੇ ਨੇ ਕਿ ਵੱਡੇ ਵੱਡੇ ਅਫਸਰਾਂ ਦਾ ਮਿਲੀਭਗਤਾ ਹੱਥ ਹੈ। ਬਿਲਕੁਲ ਠੀਕ, ਠੀਕ ਹੈ ਜੀ। ਲੇਕਿਨ ਆਪਾਂ ਜੋ ਹੱਥ ਪਾ ਰਹੇ ਹਾਂ ਜਾਂ ਜੋ ਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਇੰਸਪੈਕਟਰ ਤੋਂ ਨੀਚਲੇ ਲੈਵਲ 'ਤੇ ਜ਼ਿਆਦਾ ਕਰ ਰਹੇ ਹਾਂ, ਜਦਕਿ ਉਹਨਾਂ ਦੀ ਮਾਰ ਜੇ ਹੋਊਗੀ ਤਾਂ ਉਹ ਗ੍ਰਾਮਾਂ ਦੇ ਵਿੱਚ ਹੋਊਗੀ, ਇਹ ਕਿਲੋਹਾਂ ਵਾਲੇ ਤਸਕਰ ਨੇ ਜੀ। ਹਾਂ, ਆਹ ਫਰਕ ਹੈ ਜੀ ਉਹਨਾਂ ਦੇ ਵਿੱਚੋਂ। ਜਿਵੇਂ ਆਪਾਂ ਕਹਿੰਦੇ ਜੀ ਕਿ ਪੁਲਿਸ ਨਾਕਾ ਲਾ ਕੇ, ਜਿੰਨੀ ਵੀ ਰਿਪੋਰਟ ਤੁਸੀਂ ਪੜ੍ਹੋ, ਜਦੋਂ ਵੀ ਕੋਈ ਫੜਿਆ ਗਿਆ ਹੁੰਦਾ ਵੀ ਅਸੀਂ ਨਾਕਾ ਲਾਇਆ ਹੋਇਆ ਸੀ, ਸ਼ੱਕ ਦੇ ਆਧਾਰ 'ਤੇ ਅਸੀਂ ਉਹਨੂੰ ਰੋਕਿਆ, ਉਹ ਭੱਜਣ ਲੱਗਿਆ ਅਤੇ ਅਸੀਂ ਜਾਂ ਉਹਦੀ ਤਲਾਸ਼ੀ ਲਈ, ਉਹਦੇ ਵਿੱਚੋਂ ਨਸ਼ਾ ਇਹ ਬਰਾਮਦ ਹੋ ਗਿਆ। ਹੁਣ ਜਿੰਨੇ ਵੀ ਤਸਕਰ ਵੱਡੇ ਲਾ ਲਓ ਜੀ, ਉਹ ਵੱਡੀਆਂ ਗੱਡੀਆਂ ਦੀ ਕੋਈ ਘਾਟ ਨਹੀਂ ਹੈਗੀ ਜੀ, ਚਾਹੇ ਉਹ ਮਰਸਡੀਜ਼ ਨੇ, ਚਾਹੇ ਉਹ ਤੁਸੀਂ ਫੋਰਚੂਨਰਾਂ ਨੇ, ਚਾਹੇ ਉਹ ਅੰਡੈਵਰਾਂ ਨੇ ਜਾਂ SUVs ਨੂੰ ਆਪਾਂ ਕਹਿ ਦਿੰਦੇ ਹਾਂ ਜੀ। ਪਰ ਜੇ ਤੁਸੀਂ ਕਦੇ ਵੀ ਸੜਕ 'ਤੇ ਨਿਕਲੋ ਜੀ, ਤੁਸੀਂ ਨਾਕਾ ਲੱਗਿਆ ਦੇਖੋ, ਗੱਡੀ ਵੱਡੀ ਗੱਡੀ ਨੂੰ ਕਦੇ ਨਹੀਂ ਰੋਕਿਆ ਨਹੀਂ ਜਾਂਦਾ ਹੈਗਾ ਜੀ। ਦੂਸਰੀ ਗੱਲ ਆ ਕਿ ਮੈਂ ਇੱਕ ਗੱਡੀ 'ਚ ਜਾ ਰਿਹਾ ਹੈਗਾ ਜੀ, ਮੈਂ ਇੱਕ ਹੈਂਗਰ 'ਤੇ ਪੁਲਿਸ ਦੀ ਵਰਦੀ ਟੰਗ ਦਿੰਦਾ ਹੈਗਾ ਸਾਈਡ 'ਤੇ ਸ਼ੀਸ਼ੇ 'ਚੋਂ ਦਿਖਣ ਵਾਸਤੇ, ਜ਼ਰੂਰੀ ਤਾਂ ਨਹੀਂ ਹੈਗਾ ਕਿ ਮੈਂ ਪੁਲਿਸ ਅਫਸਰ ਹਾਂ ਜਾਂ ਮੇਰੀ ਗੱਡੀ ਪੁਲਿਸ ਅਫਸਰ ਦੀ ਹੀ ਹੈ ਜੀ। ਹਾਂ, ਲੇਕਿਨ ਉਹ ਟੰਗੀ ਹੋਊਗੀ ਤਾਂ ਮੈਨੂੰ ਕੋਈ ਹੱਥ ਨਹੀਂ ਦਊਗਾ ਜੀ। ਪ੍ਰਾਈਵੇਟ ਗੱਡੀ 'ਤੇ ਵਰਦੀ ਟੰਗੀ ਹੋਈ ਆ, ਉਹਨੂੰ ਰੋਕਣ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਕੋਈ ਪੁਲਿਸ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਜੇ ਬੰਦਾ ਪੁਲਿਸ ਦਾ ਹੋਊਗਾ ਉਹ ਆਪਣਾ ਸ਼ਨਾਖਤੀ ਕਾਰਡ ਦਿਖਾਊਗਾ, ਜਾ ਸਕਦਾ ਅੱਗੇ ਜੀ। ਯਾਨੀ ਪੰਜਾਬ ਦੇ ਵਿੱਚ ਵੀ ਇਹ ਕੁਝ ਚੱਲ ਰਿਹਾ ਕਿ ਪ੍ਰਾਈਵੇਟ ਗੱਡੀਆਂ 'ਚ ਮਗਰਲੀ ਵਰਦੀ ਟੰਗ ਕੇ, ਹਾਂਜੀ, ਤਾਂ ਤਸਕਰ ਇੱਦਾਂ ਹੀ ਲੰਘੀ ਜਾ ਰਿਹਾ ਨਾਕਿਆਂ। ਸਰਕਾਰੀ ਗੱਡੀਆਂ ਲਾ ਲਓ, ਐਂਬੂਲੈਂਸ ਲਾ ਲਓ ਜੀ, ਉਹਨੂੰ ਕੋਈ ਰੋਕਦਾ ਨਹੀਂ ਹੈ ਜੀ, ਉਹਨੂੰ ਕੋਈ ਚੈੱਕ ਨਹੀਂ ਕਰਦਾ ਹੈ ਜੀ। ਔਰ ਕਈ ਤੁਸੀਂ ਜੇ ਧਿਆਨ ਨਾਲ ਦੇਖੋ, ਐਂਬੂਲੈਂਸਾਂ ਇਹੋ ਜਿਹੀਆਂ ਹੁੰਦੀਆਂ ਨੇ, ਉਹਦੇ ਅੰਦਰ ਕੋਈ ਨਹੀਂ ਬੈਠਾ ਹੁੰਦਾ, ਲੇਕਿਨ ਹੂਟਰ ਲੱਗਿਆ ਹੁੰਦਾ ਅਤੇ ਉਹ ਭਜਾ ਕੇ ਲੈ ਕੇ ਜਾ ਰਹੇ ਹੁੰਦੇ ਨੇ। ਨੀਅਤ 'ਤੇ ਵੀ ਸ਼ੱਕ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਮੈਂ ਪਿਛਲੇ ਦਿਨ ਇੰਟਰਵਿਊ ਕੀਤੀ ਸਰਦਾਰ ਨਰਿੰਦਰ ਸਿੰਘ ਹੋਰਾਂ ਦੇ ਨਾਲ, ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਪਿਛਲੀ ਸਰਕਾਰ ਦੇ ਜਿਹੜੇ 40 MLA ਮੰਤਰੀ ਸੀਗੇ, ਉਹ ਕਹਿੰਦੇ ਕਿ ਮਾਈਨਿੰਗ ਅਤੇ ਡਰੱਗ ਦੇ ਧੰਦੇ ਦੇ ਵਿੱਚ ਇਨਵੋਲਵ ਸੀ, ਉਹਦੇ ਬਾਰੇ ਸਰਕਾਰ ਨੂੰ ਪਤਾ ਵੀ ਹੈ, ਅਤੇ ਜੇ ਨਹੀਂ ਪਤਾ ਤਾਂ ਉਹ ਨਾ ਮੇਰੇ ਤੋਂ ਪੁੱਛ ਲੈਣ, ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਪੁੱਛਦੀ। ਜਿਹੜੀ ਤੁਸੀਂ ਨਿਰੰਜਨ ਸਿੰਘ ਦੀ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਨਾਮ ਪਏ ਨੇ, ਉਹਨਾਂ ਨੂੰ ਪੁੱਛਣ ਦੀ ਲੋੜ ਹੈ ਨਹੀਂ ਗੀ ਜੀ। ਉਹ ਅਮਰਿੰਦਰ ਸਿੰਘ ਨੇ ਜਦੋਂ ਜਾਣ ਵਾਲੀ ਉਹਨਾਂ ਦਾ ਟਾਈਮ ਸੀਗਾ, ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਿਆ ਗਿਆ, ਉਹਨਾਂ ਨੇ ਖੁਦ ਕਿਹਾ ਕਿ ਮੇਰੇ ਕੋਲ ਇਹਨਾਂ ਦੀਆਂ ਫਾਈਲਾਂ ਪਈਆਂ ਨੇ, ਜਿਹੜੇ ਮੇਰੇ MLA ਸੀ, ਜਿਹੜੇ ਇਹਨਾਂ ਦੇ ਜਾਂ ਮਿਨਿਸਟਰ ਸੀ ਜੋ ਇਹਨਾਂ ਹਰਕਤਾਂ ਦੇ ਵਿੱਚ ਲਿਪਤ ਨੇ, ਉਹ ਫਾਈਲਾਂ ਉਹ ਨਾਲ ਤਾਂ ਲੈ ਨਹੀਂ ਗਏ ਹੋਣਗੇ ਜੀ। ਮੇਰਾ ਖਿਆਲ ਤਾਂ ਸਰਕਾਰ ਦੇ ਸਕੱਤਰੇਤ 'ਚ ਹੀ ਹੁੰਦੀਆਂ ਨੇ ਫਾਈਲਾਂ, ਉਹ ਪ੍ਰੋਪਰਟੀ ਤਾਂ ਸਰਕਾਰ ਦੀ ਹੁੰਦੀ ਹੈ ਨਾ ਜੀ, ਉਹ ਕਿਸੇ ਨੂੰ ਪੁੱਛਣ ਕੀ ਜਾਣਾ ਹੈਗਾ। ਜੇ ਫੜਨੇ ਸੀ ਉਹਨਾਂ 'ਤੇ ਕਾਰਵਾਈ ਕਰਨੀ ਸੀ ਤਾਂ ਉੱਥੋਂ ਹੀ ਹੋ ਸਕਦੀ ਹੈ। ਉਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਤੁਹਾਨੂੰ ਜੇਤਾ ਸਵਾਲ ਚੁੱਕਿਆ, ਉਹਨਾਂ ਨੇ ਕਿਹਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਕੁਝ ਇਹੋ ਜਿਹੇ ਅਫਸਰ ਹੈ ਜਿਨ੍ਹਾਂ ਨੂੰ ਰਾਘਵ ਚੱਡਾ ਹੋਰਾਂ ਨੇ ਲਵਾਇਆ ਹੋਇਆ, ਔਰ ਉਹ ਜਿਹੜਾ ਸ਼ਰੇਆਮ ਇੱਥੇ ਨਸ਼ਾ ਵਿਕਾ ਰਹੇ ਆ। ਫਰਜ਼ ਕਰ ਲਓ ਕੁਮਰ ਵਿਜੇ ਪ੍ਰਤਾਪ ਨੂੰ ਆਪਾਂ ਕਹਿ ਦਈਏ ਕਿ ਤੁਸੀਂ ਸਟੇਜ ਦੇ ਉੱਪਰ ਕੌਮੇਡੀ ਕਰਕੇ ਦਿਖਾਓ, ਤਾਂ ਉਹ ਕੌਮੇਡੀ ਜਿਹੜੀ ਆ ਉਹ ਨਹੀਂ ਕਰ ਸਕਦੇ। ਇਸੇ ਤਰੀਕੇ ਦੇ ਨਾਲ ਜੇ ਪੁਲਿਸਿੰਗ ਕਰਵਾਉਣੀ ਸੀ, ਜੇ ਗ੍ਰਹਿ ਮੰਤਰੀ ਦੇ ਤੌਰ 'ਤੇ ਚੁਣਿਆ ਜਾਣਾ ਚਾਹੀਦਾ ਸੀ, ਤਾਂ ਕੁਮਰ ਵਿਜੇ ਪ੍ਰਤਾਪ ਤੋਂ ਬੈਟਰ ਕੋਈ ਆਪਸ਼ਨ ਹੀ ਹੈ ਨਹੀਂ ਸੀ ਇਹਨਾਂ ਕੋਲ। ਭਗਵੰਤ ਮਾਨ ਖੁਦ ਬਣ ਕੇ ਮੁੱਖ ਮੰਤਰੀ ਤਾਂ ਬਣੇ ਹੀ ਹੋਏ ਆ, ਮੁੱਖ ਮੰਤਰੀ ਤਾਂ ਮੁੱਖ ਮੰਤਰੀ ਆ, ਗ੍ਰਹਿ ਮੰਤਰੀ ਲੈ ਕੇ ਅਤੇ ਤੁਹਾਡੇ ਤੋਂ ਪੁਲਿਸਿੰਗ ਚੱਲ ਨਹੀਂ ਰਹੀ। ਪੰਜਾਬ ਸਰਕਾਰ ਇਸ ਵਕਤ ਸਭ ਤੋਂ ਵੱਧ 2 ਇਸ਼ੂਆਂ 'ਤੇ ਘਿਰ ਰਹੀ ਹੈ, ਇੱਕ ਡਰੱਗ ਦੇ ਮਸਲੇ ਦੇ ਉੱਪਰ ਔਰ ਇੱਕ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਬਣੀ ਹੋਈ ਹੈ। ਲਗਾਤਾਰ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਮੌਤਾਂ ਜਿਹੜੀਆਂ ਉਹ ਡਰੱਗ ਦੇ ਨਾਲ ਹੋ ਗਈਆਂ ਨੇ, ਔਰ ਪੰਜਾਬ ਸਰਕਾਰ, ਪੰਜਾਬ ਪੁਲਿਸ ਇਸ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਕਿਉਂ ਹੈ, ਔਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਬਣੀ ਹੋਈ ਹੈ
ਉਹਨੂੰ ਠੀਕ ਕਰਨ ਦੇ ਵਿੱਚ ਨਾਕਾਮਯਾਬ ਕਿਉਂ ਹੈ, ਜਦਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਵੀ ਨਹੀਂ ਆ ਰਹੀ ਔਰ ਪੰਜਾਬ ਦੇ ਇਨਵੈਸਟਰ ਜਿਹੜੇ ਆ ਉਹ ਇੱਥੋਂ ਭੱਜ ਭੱਜ ਕੇ ਦੂਜੇ ਸੂਬਿਆਂ ਦੇ ਵਿੱਚ ਜਾ ਰਹੇ ਨੇ ਔਰ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰ ਧਮਕੀਆਂ ਦੇ ਰਹੇ ਨੇ ਕਾਰੋਬਾਰੀਆਂ ਨੂੰ ਔਰ ਫਿਰੌਤੀਆਂ ਸ਼ਰੇਆਮ ਲਈਆਂ ਜਾ ਰਹੀਆਂ ਨੇ। ਇਹ ਜਿਹੜੀਆਂ ਦੋ ਸਮੱਸਿਆਵਾਂ ਬਣੀਆਂ ਨੇ, ਇਹ ਫਿਰੌਤੀਆਂ ਵਾਲੀ ਔਰ ਡਰੱਗ ਵਾਲੀ ਔਰ ਨਾਲ ਹੀ ਨਾਲ ਲੋਅ ਐਂਡ ਆਰਡਰ ਵਾਲੀ, ਇਹ ਪੰਜਾਬ ਸਰਕਾਰ ਸੁਧਾਰ ਕਿਉਂ ਨਹੀਂ ਪਾ ਰਹੀ? ਇਹ ਸਰਕਾਰ ਦੇ ਐਂਡ 'ਤੇ ਗਲਤੀ ਹੈ ਜਾਂ ਪੁਲਿਸ ਦੇ ਐਂਡ 'ਤੇ ਗਲਤੀ ਹੈ ਜਾਂ ਫਿਰ ਇਹਨਾਂ ਨੇ ਜਿਸ ਤਰੀਕੇ ਨਾਲ ਤਬਾਦਲਿਆਂ ਵਾਲੀ ਨੀਤੀ ਅਪਣਾਈ ਹੈ ਕਿ ਤਬਾਦਲਿਆਂ ਵਾਲੀਆਂ ਨੀਤੀਆਂ ਦੇ ਨਾਲ ਡਰੱਗ ਦਾ ਇਸ਼ੂ ਔਰ ਲੋਅ ਐਂਡ ਆਰਡਰ ਦਾ ਇਸ਼ੂ ਠੀਕ ਕੀਤਾ ਜਾ ਸਕਦਾ? ਇਸ 'ਤੇ ਬਹੁਤ ਅਹਿਮ ਜਿਹੜੀ ਆ ਗੱਲਬਾਤ ਕਰਨੀ ਹੈ। ਮੇਰੇ ਨਾਲ ਸਰਦਾਰ ਹਰਕਿਰਨ ਸਿੰਘ ਜੁੜੇ ਹੋਏ ਆ ਪੰਜਾਬ ਦੇ ਚਿੰਤਕ ਦੇ ਤੌਰ 'ਤੇ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ ਬਹੁਤ। ਹੋਰ ਸਰ ਠੀਕ ਹੋ ਜੀ? ਹਾਂਜੀ ਹਾਂਜੀ। ਸਰ ਪਹਿਲਾ ਸਵਾਲ ਮੇਰਾ ਇਹੀ ਹੈ, ਹਾਂਜੀ, ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੋਈ ਹੈ ਡਰੱਗ ਦੀ, ਬਹੁਤ ਜਿਹੜੀ ਵੱਡੀ ਸਮੱਸਿਆ ਹੈ, ਬਿਲਕੁਲ, ਹਾਲਾਂਕਿ ਪੂਰੇ ਦੇਸ਼ ਦੇ ਵਿੱਚ ਹੀ ਹੈ ਪਰ ਪੰਜਾਬ ਤਾਂ ਇਹਦੇ ਵਿੱਚ ਮਸ਼ਹੂਰ ਹੀ ਜਿਹੜਾ ਕਰ ਦਿੱਤਾ ਨਾ, ਆਪਾਂ ਦੇਖਿਆ ਫਿਲਮਾਂ ਵੀ ਜਿਹੜੀਆਂ ਉਹ ਬਣ ਚੁੱਕੀਆਂ ਨੇ। ਹਾਂਜੀ, ਪੰਜਾਬ ਦੀ ਡਰੱਗ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਸੋਲਵ ਕਿਉਂ ਨਹੀਂ ਹੋ ਪਾ ਰਹੀ, ਜਦਕਿ ਪੰਜਾਬ ਪੁਲਿਸ ਵੀ ਕਹਿੰਦੇ ਕਿ ਬੜੀ ਕਾਬਲ ਹੈ, ਸਾਡੀ ਸਰਕਾਰ ਵੀ ਕਹਿੰਦੇ ਹੁਣ ਤਾਂ ਬਦਲਾਵ ਦੇ ਤੌਰ 'ਤੇ ਚੁਣੀ ਬੜੀ ਕਾਬਲ ਹੈ, ਹਾਲੇ ਤੱਕ ਵੀ ਜਿਹੜਾ ਉਹ ਨਸ਼ਿਆਂ ਦਾ ਜਿਹੜਾ ਦਰਿਆ ਵਗੀ ਜਾ ਰਿਹਾ ਔਰ ਪਰ ਦਿਨ ਦੇ ਹਿਸਾਬ ਦੇ ਨਾਲ ਜਿਹੜੀਆਂ ਮੌਤਾਂ ਇੱਥੇ ਹੋ ਰਹੀਆਂ ਨੇ ਇਹ ਰੁਕ ਕਿਉਂ ਨਹੀਂ ਪਾ ਰਹੀਆਂ? ਦੇਖੋ ਜੀ, ਆਪਾਂ ਸਮੱਸਿਆ ਨੂੰ ਉਦੋਂ ਹੀ ਵੱਡਾ ਸਮਝਦੇ ਹਾਂ ਜਦੋਂ ਜਿਵੇਂ ਆਪਾਂ ਕਹਿੰਦੇ ਹਾਂ ਕਿ 14 ਦਿਨਾਂ 'ਚ 14 ਮੌਤਾਂ ਹੋ ਗਈਆਂ ਤਾਂ ਉਹ ਝੰਝੋੜਦੀ ਆਪਾਂ ਨੂੰ ਇਹ ਚੀਜ਼, ਤਾਂ ਆਪਾਂ ਸਮਝਦੇ ਹਾਂ ਵੀ ਇਹ ਪ੍ਰੋਬਲਮ ਬਹੁਤ ਵੱਡੀ ਹੋ ਗਈ, ਜਦਕਿ ਇਹ ਪ੍ਰੋਬਲਮ ਇਹ ਵੀ ਕਾਫੀ ਲੰਬੇ ਸਮੇਂ ਤੋਂ ਵੱਧਦੀ ਆ ਰਹੀ ਹੈ, ਅੱਜ ਦੀ ਡੇਟ 'ਚ ਸ਼ੁਰੂ ਨਹੀਂ ਹੋਈ ਹੈਗੀ ਜੀ। ਆਪਣੀ ਤਰਾਸਦੀ ਫਿਰ ਇਹੀ ਹੈ ਜੀ ਵੀ ਆਪਾਂ ਸ਼ਰਾਬ ਨੂੰ ਤਾਂ ਨਸ਼ੇ ਨਹੀਂ ਮੰਨਦੇ ਜੀ, ਪੰਜਾਬੀ ਕੌਮ ਦੀ ਗੱਲ ਕਰੀਏ ਸ਼ਰਾਬ ਨੂੰ ਆਪਾਂ ਨਸ਼ਾ ਨਹੀਂ ਮੰਨਦੇ ਹੈਗੇ ਜੀ, ਨਾ ਸਰਕਾਰ ਵੀ ਨਹੀਂ ਮੰਨਦੀ, ਸਰਕਾਰ ਵੀ ਲੋਕ ਨਹੀਂ ਮੰਨਦੇ, ਉੱਥੋਂ ਮਾਲੀਆ ਇਕੱਠਾ ਕਰਨਾ ਆਪਾਂ ਜੀ, ਠੀਕ ਹੈ। ਆਪਾਂ ਨਸ਼ਾ ਸਿਰਫ ਮੰਨਦੇ ਹਾਂ ਜੀ ਚਿੱਟੇ ਨੂੰ, ਹੈਰੋਇਨ ਜਿਹਨੂੰ ਕਿਹਾ ਜਾਂਦਾ ਹੈ ਉਸ ਨੂੰ ਆਪਾਂ ਨਸ਼ਾ ਮੰਨ ਕੇ ਡਰੱਗ ਮੰਨਦੇ ਹਾਂ, ਡਰੱਗ ਮੰਨਦੇ ਹਾਂ ਜੀ, ਬਾਕੀ ਆਪਾਂ ਕਿਸੇ ਚੀਜ਼ ਨੂੰ ਡਰੱਗ ਮੰਨਦੇ ਹੀ ਨਹੀਂ ਹੈਗੇ। ਤੋ ਇਹਦੇ ਨਾਲ ਇੱਕ ਚੀਜ਼ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਲਈ ਕੰਮ ਸੌਖਾ ਵੀ, ਉਹਨੇ ਇੱਕੋ ਹੀ ਚੀਜ਼ ਨੂੰ ਬੰਦ ਕਰਨਾ, ਉਹਨੇ ਬਾਕੀ ਨਸ਼ਿਆਂ ਵੱਲ ਤਾਂ ਹਜੇ ਜਾਣਾ ਹੀ ਨਹੀਂ ਹੈਗਾ, ਬਿਲਕੁਲ ਠੀਕ, ਠੀਕ ਹੈ ਜੀ। ਪਰ ਇਹਦੀ ਫਿਰ ਉਹੀ ਗੱਲ ਵੀ ਜਿਹੜੀ ਪੋਲੀਟੀਕਲ ਅਪਰੋਚ ਆ ਜਾਂ ਜਿਹੜੀ ਸਰਕਾਰ ਦੀ ਅਪਰੋਚ ਆ ਨਾ, ਉਹ ਵੀ ਇਸ ਤਰ੍ਹਾਂ ਦੀ ਆ। ਮੈਨੂੰ ਯਾਦ ਆ ਜਦੋਂ ਪਹਿਲੀ ਵਾਰ ਡਰੱਗ ਦਾ ਮੁੱਦਾ ਪੋਲੀਟੀਕਲ ਸਪੇਸ ਦੇ ਵਿੱਚ ਉਛਾਲਿਆ ਗਿਆ ਸੀ, ਉਹ ਸੀ ਜਦੋਂ ਰਾਹੁਲ ਗਾਂਧੀ ਨੇ ਇੱਕ ਵਾਰ ਮੇਰਾ ਖਿਆਲ 17 ਦੀਆਂ ਇਲੈਕਸ਼ਨਾਂ ਦੇ ਆਸ ਪਾਸ ਕੋਈ ਸਪੀਚ ਦਿੱਤੀ ਸੀ। PGI ਦੀ ਇੱਕ ਸਟੱਡੀ ਸੀਗੀ ਜੀ ਜਿਹੜੀ ਪੰਜਾਬ ਦੇ ਡਰੱਗ ਦੀ ਪ੍ਰੋਬਲਮ ਦੇ ਉੱਪਰ ਪੇਸ਼ ਹੋਈ ਸੀਗੀ, ਛਾਪੀ ਗਈ ਸੀਗੀ, ਉਹਨੇ ਉਹ ਕੋਟ ਕੀਤੀ ਸੀਗੀ ਕਿ ਇਹ PGI ਦੀ ਸਟੱਡੀ ਆ ਜਾਂ ਨੈਸ਼ਨਲ ਹੈਲਥ ਮਿਸ਼ਨ ਆ ਜਿਹੜਾ ਉਹਦੇ ਅੰਡਰ ਹੋਈ ਸੀਗੀ ਸਟੱਡੀ। ਉਹ 'ਚ ਇਹ ਸੀਗਾ ਕਿ ਪੰਜਾਬ ਦੇ ਵਿੱਚ ਹਰ 10 ਨੌਜਵਾਨਾਂ ਦੇ ਵਿੱਚੋਂ ਜਾਂ ਬੰਦਿਆਂ ਦੇ ਵਿੱਚੋਂ 7 ਬੰਦੇ ਜਿਹੜੇ ਨੇ ਉਹ ਨਸ਼ੇ ਵੱਲ ਝੁਕਾਵ ਹੈ ਉਹਨਾਂ ਦਾ, ਇਹ ਜਿਹੜੀ ਰਿਪੋਰਟ ਦਾ ਮੋਟਾ ਮੋਟਾ ਸਾਰਾਂਸ਼ ਸੀਗਾ ਜੀ। ਮੈਂ 70% ਜਿਹੜੇ ਨੇ ਉਹ ਨਸ਼ੇ ਦੇ ਨਾਲ, ਉਹਦੇ ਵਿੱਚ ਇਕੱਲਾ ਚਿੱਟਾ ਨਹੀਂ ਸੀਗਾ, ਮੈਂ ਇੱਥੋਂ ਹੀ ਸ਼ੁਰੂ ਤਾਂ ਕੀਤੀ ਸੀ ਗੱਲ ਕਿ ਉਹ 'ਚ ਸ਼ਰਾਬ, ਫੇਮ, ਭੁੱਕੀ ਜਾਂ ਕਿਸੇ ਵੀ ਤਰੀਕੇ ਦੇ ਨਸ਼ੇ ਦਾ ਸਾਰੇ ਇਨਕਲੂਡ ਸੀਗੇ। ਲੇਕਿਨ ਆਪਾਂ ਸਿੰਸ ਬਾਕੀਆਂ ਨੂੰ ਨਸ਼ਾ ਮੰਨਦੇ ਨੇਗੇ, ਆਪਾਂ ਇਹਨੂੰ ਇਹ ਮੰਨ ਲਿਆ ਵੀ ਜੀ ਸਾਰੇ ਹੀ ਚਿੱਟੇ ਦੇ, 7 ਬੰਦੇ ਜਿਹੜੇ ਕਿਹਾ ਜਾ ਰਹੇ 70% ਉਹ ਚਿੱਟੇ ਸਾਰੇ ਚਿੱਟੇ ਵਾਲੇ, ਬਿਲਕੁਲ। ਉਹ ਪ੍ਰੋਬਲਮ ਜਿਹੜੀ ਹੈ ਮੈਂ ਤਾਂ ਇਸ ਗੱਲ ਤੋਂ ਗੱਲ ਸ਼ੁਰੂ ਕੀਤੀ ਸੀਗੀ, ਉਹ ਫੈਕਟ ਸੀਗਾ ਜੀ ਉਹ ਕੋਈ। ਪਰ ਆਪਾਂ ਰਿਸਪੋਂਡ ਕਿਵੇਂ ਕੀਤਾ? ਉਦੋਂ ਅਕਾਲੀ BJP ਦੀ ਸਰਕਾਰ ਸੀਗੀ, ਇਹਨਾਂ ਨੇ ਕਿਹਾ ਜੀ ਵੀ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ, ਇਹਨਾਂ ਨੇ ਇਹ ਨਹੀਂ ਕਿਹਾ ਕਿ ਪ੍ਰੋਬਲਮ, ਹਾਂ ਵੀ ਸਾਡੀ ਇਹ ਸਮੱਸਿਆ ਹੈ, ਇਹ ਨਹੀਂ ਮੰਨਿਆ, ਕਹਿੰਦੇ ਜੀ ਇਹਦਾ ਬਦਨਾਮ ਕੀਤਾ, ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ। ਅਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਫਿਲਮ ਬਣੀ ਸੀ ਜੀ ਉੜਤਾ ਪੰਜਾਬ, ਉਹ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਫਿਲਮ ਬਣੀ ਸੀ, ਉਹ 'ਚ ਨੂੰ ਵੀ ਇਹੀ ਕਿਹਾ ਗਿਆ ਕਿ ਨਹੀਂ ਜੀ ਬਦਨਾਮ ਕੀਤਾ ਜਾ ਰਿਹਾ, ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਮਤਲਬ ਜੋ ਬੇਸਿਕ ਪ੍ਰੋਬਲਮ ਹੈ ਉਹਨੂੰ ਉਹਦੇ ਵੱਲ ਨਹੀਂ ਝਾਤ ਮਾਰੀ,
ਉਹਨੂੰ ਸਮਝਿਆ ਨਹੀਂ ਉਹਨੂੰ ਕਿਵੇਂ ਠੀਕ ਉਹ 'ਚੋਂ ਨਿਕਲਣਾ ਕਿਵੇਂ ਉਹਦੀ ਗੱਲ ਨਹੀਂ ਕੀਤੀ। ਬਾਹਰਲੇ ਲੋਕਾਂ 'ਤੇ ਆਪਾਂ ਜੋ ਆਪਣੀ ਆਮ ਆਦਤ ਹੈ ਵੀ ਜੀ ਸਾਨੂੰ ਬਦਨਾਮ ਕਰਦੇ ਨੇ ਜੀ, ਇਸ ਤਰ੍ਹਾਂ ਕੌਮ ਹੈ ਨਹੀਂ ਇਸ ਤਰ੍ਹਾਂ ਦੀ, ਆਪਾਂ ਪੱਲਾ ਝਾੜ ਲਿਆ। ਉਹ ਵੱਧਦੇ 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 ਇੱਥੇ ਤੱਕ ਆ ਗਈ ਕਿ ਹਰ ਰੋਜ਼ ਮੌਤ ਹੁੰਦੀ ਹੈ, ਹਰ ਰੋਜ਼ ਖਬਰ ਜਿਹੜੀ ਆ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ ਕਿਸੇ ਨਾ ਕਿਸੇ ਚੈਨਲ ਦੇ ਵਿੱਚ ਹੁੰਦੀ ਹੈ ਵੀ ਆ ਜੀ 22 ਸਾਲ ਦਾ ਬੱਚਾ ਸੀਗਾ, 21 ਸਾਲ ਦਾ ਬੱਚਾ ਸੀਗਾ ਜੀ, ਜਾਂ ਇਹ ਅਧੇੜ ਉਮਰ ਦਾ ਵਿਅਕਤੀ ਸੀ, ਸਾਰੇ ਬੰਦੇ ਦੀ ਮੌਤ ਜਿਹੜੀ ਹੈ ਜਿਵੇਂ ਖਬਰ ਲੱਗੀ ਕਿ 14 ਦਿਨਾਂ ਦੇ ਵਿੱਚ 14 ਮੌਤਾਂ, ਅਸਲ ਦੇ ਵਿੱਚ ਮੌਤਾਂ ਤਾਂ ਇਹ ਜ਼ਿਆਦਾ ਹੁੰਦੀਆਂ ਨੇ। ਹਾਂਜੀ, ਕਿਉਂਕਿ ਬਹੁਤੇ ਜਿਹੜੇ ਮੇਰੇ ਇੱਕ ਰਿਸ਼ਤੇਦਾਰੀ ਦੇ ਵਿੱਚ ਵੀ ਹੋਈ, ਹਾਂਜੀ, ਉਹ ਮੁੰਡਾ ਮਰਿਆ ਤਾਂ ਓਵਰਡੋਜ਼ ਦੇ ਕਰਕੇ, ਉਹ ਪਰਿਵਾਰਕ ਮੈਂਬਰਾਂ ਨੇ ਬਦਨਾਮੀ ਦੇ ਘਰੋਂ ਦੱਸਿਆ ਨਹੀਂ ਕਿ ਨਹੀਂ ਇਹ ਤਾਂ ਜੀ ਕਾਰਨ ਕੋਈ ਹੋਰ ਦੱਸਦਾ, ਬਹੁਤੇ ਲੋਕ ਦੱਸਦੇ ਹੀ ਨਹੀਂ। ਇੱਥੇ ਤੁਹਾਡੇ ਨਾਲ ਮਤਲਬ ਡਿਫਰ ਕਰਨਾ ਚਾਹੂੰਗਾ ਜੀ, ਹਾਲਾਤ ਇੰਨੇ ਬਦਤਰ ਹੋ ਗਏ ਨੇ ਜੀ, ਜਾਂ ਇਹ ਲਾ ਲਓ ਵੀ ਸਰਕਾਰ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। 2 ਦਿਨ ਪਹਿਲਾਂ ਜੀ ਮੋਗੇ ਦੇ ਕਿਸੇ ਪਿੰਡ ਦੀ ਮੋਟਰ 'ਤੇ ਇੱਕ ਨੌਜਵਾਨ ਮਜ਼ਦੂਰ ਦੀ ਲਾਸ਼ ਮਿਲੀ ਜੀ, ਸ਼ਾਇਦ ਉਹਦਾ ਨਾਮ ਗੋਲੂ ਸੀ ਜੇ ਮੈਂ ਠੀਕ ਕਹਿ ਰਿਹਾ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਉਹਦਾ ਰਿਸ਼ਤੇਦਾਰ, ਉਹਦੇ ਬਾਪ, ਚਾਚੇ, ਤਾਏ, ਉਹ ਇਹ ਕਹਿ ਰਹੇ ਨੇ ਜੀ ਇਕੱਠੇ ਹੋ ਕੇ ਵੀ ਸਾਡਾ ਮੁੰਡਾ ਨਸ਼ੇ ਦੀ ਓਵਰਡੋਜ਼ ਨਾਲ ਮਰਿਆ, ਬਿਲਕੁਲ, ਇਹਦੇ ਸਰਿੰਜਾਂ ਅਸੀਂ ਕੋਲ ਪਈਆਂ ਦੇਖੀਆਂ ਨੇ, ਠੀਕ ਹੈ ਜੀ। ਪੁਲਿਸ ਇਹ ਕਹਿ ਰਹੀ ਹੈ ਕਿ ਜਦੋਂ ਅਸੀਂ ਇੱਥੇ ਆਏ ਕੁਛ ਨਹੀਂ ਸੀਗਾ, ਇਹ ਬੰਦਾ ਹਾਰਟ ਅਟੈਕ ਨਾਲ ਮਰਿਆ ਜੀ। ਵੱਖੋ ਵੱਖਰੀ ਸਿਚੁਏਸ਼ਨ ਉਲਟੀ ਹੋ ਗਈ ਜੀ, ਬਿਲਕੁਲ ਠੀਕ। ਜੋ ਤੁਸੀਂ ਗੱਲ ਕਰ ਰਹੇ ਹੋ ਸ਼ਾਇਦ ਤੁਸੀਂ ਥੋੜ੍ਹੀ ਪੁਰਾਣੀ ਕਰ ਰਹੇ ਹੋਵੋਗੇ, ਮੈਨੂੰ ਪਤਾ ਨਹੀਂ ਹੈ ਜਿਹੜੀ ਤੁਸੀਂ ਹੁਣੇ ਦੱਸੀ ਗੱਲ, ਠੀਕ ਹੈ। ਪਰ ਅੱਜ ਦੇ ਜੋ ਹਾਲਾਤ ਨੇ ਉਹ ਉਲਟ ਨੇ ਜੀ, ਮਾਂ ਬਾਪ ਇਹ ਕਹਿ ਰਹੇ ਨੇ ਵੀ ਕੋਈ ਬਦਨਾਮੀ ਦੀ ਗੱਲ ਨਹੀਂ, ਸਾਡਾ ਬੱਚਾ ਨਸ਼ੇ ਤੋਂ ਹੀ ਮਰਿਆ ਹੈ। ਲੇਕਿਨ ਪੁਲਿਸ ਅੰਕੜੇ ਜਾਂ ਇਸ ਰਿਪੋਰਟਾਂ ਨੂੰ ਚਾਹੇ ਤਾਂ ਆਪਾਂ ਕਹੀਏ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਾਂ ਕੁਛ ਵੀ ਸੀ, ਉਹ ਕਹਿ ਰਹੇ ਨੇ ਜੀ ਹਾਰਟ ਅਟੈਕ ਦਾ, ਬੜੀ ਹੈਰਾਨੀ ਦੀ ਗੱਲ ਹੈ। ਹਾਂਜੀ, ਕਿ ਮਾਂ ਬਾਪ ਕਹਿ ਰਹੇ ਨੇ ਕਿ ਨਸ਼ੇ ਨਾ ਮਰਿਆ ਸਾਡਾ ਬੱਚਾ, ਤੇ ਪੁਲਿਸ ਨਹੀਂ ਮੰਨ ਰਹੀ, ਮਤਲਬ ਸਰਕਾਰਾਂ ਨੂੰ ਪੁਲਿਸ ਨੂੰ ਆਇਆ ਵੀ ਸਾਡੇ ਅੰਕੜੇ ਨਾ ਖਰਾਬ ਹੋ ਜਾਣ, ਹਾਂਜੀ, ਖਬਰਾਂ ਦੀ ਸਥਿਤੀ ਨਾ ਖਰਾਬ ਹੋ, ਹਾਂਜੀ, ਇਹ ਹਾਲਾਤ ਹੋ ਗਏ ਨੇ ਜੀ ਆਪਣੇ। ਇਹ ਜੜ ਕਿੱਥੋਂ ਲੱਗੀ, ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਇਹ ਜੜ ਕਿੱਥੋਂ ਲੱਗੀ? ਜਿਵੇਂ ਤੁਸੀਂ ਕਿਹਾ ਕਿ ਚਿੱਟੇ ਨੂੰ, ਹੈਰੋਇਨ ਨੂੰ ਹੀ ਆਪਾਂ ਜਿਹੜਾ ਉਹ ਡਰੱਗ ਮੰਨਦੇ ਹਾਂ, ਹਾਲਾਂਕਿ ਜਾਣ ਲੇਵਾ ਵੀ ਜ਼ਿਆਦਾ ਇਹੀ ਹੈ, ਹਾਂਜੀ, ਤਾਂ ਇਹਨਾਂ ਦੀ ਵੀ ਗੱਲ ਕਰਦੇ ਹਾਂ, ਇਹ ਜੜ ਕਦੋਂ ਪੰਜਾਬ ਦੇ ਵਿੱਚ ਲੱਗੀ ਇਸ ਚੀਜ਼ ਦੀ, ਔਰ ਕਿਵੇਂ ਕਿਵੇਂ ਇਹ ਵੱਧਦੀ ਗਈ? ਵੈਸੇ ਦੇਖਿਆ ਜਾਵੇ ਜੀ, ਇਹ ਨਾ ਇੱਕ ਜਿਵੇਂ ਆਪਾਂ ਗਰੋਥ ਦਾ ਸਾਈਕਲ ਹੁੰਦਾ ਜੀ, ਵੀ ਕੋਈ ਵੀ ਆਪਾਂ ਕਹਿ ਦਈਏ ਕੌਮ ਹੈ ਜਾਂ ਕੋਈ ਖਿੱਤਾ ਹੈ, ਉਹ ਜਦੋਂ ਤਰੱਕੀ ਕਰਦਾ ਹੈ ਜੀ, ਉਹਦੇ ਕੋਲ ਸਾਧਨ ਬਣ ਜਾਂਦੇ ਨੇ ਜੀ, ਉਹਦੇ ਕੋਲ ਪੈਸਾ ਮਿਲ ਜਾਂਦਾ ਹੈਗਾ ਜੀ, ਉਹ ਪਹਿਲਾਂ ਤਾਂ ਆਪਣੀਆਂ ਸਹੂਲਤਾਂ ਬਣਾਉਣ ਵਾਲੇ ਪਾਸੇ ਜਾਂਦਾ ਹੈਗਾ ਜੀ, ਬੇਸਿਕ ਨੈਸੈਸਿਟੀਜ਼ ਪੂਰੀਆਂ ਕਰਦਾ, ਫਿਰ ਹੌਲੀ ਹੌਲੀ ਉਹ ਐਸ਼ੋ ਆਰਾਮ ਵਾਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕਰਦਾ, ਅਤੇ ਉਹ ਅਲੱਗ ਅਲੱਗ ਤਰੀਕੇ ਅਖਤਿਆਰ ਕਰ ਜਾਂਦੀਆਂ ਨੇ। ਕੁਛ ਲੋਕ ਬਿਜ਼ਨਸ ਵਧਾ ਲੈਂਦੇ ਨੇ, ਕੁਛ ਲੋਕ ਆਪਣਾ ਆਪਣੇ ਰਿਸ਼ਤੇਦਾਰਾਂ ਦਾ ਲਾ ਲਓ ਜੀਵਨ ਪੱਧਰ ਵਧੀਆ ਕਰਨ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ, ਕੁਛ ਲੋਕ ਜਿਹੜੇ ਨੇ ਉਹ ਨਸ਼ਾ ਲੈ ਕੇ ਜਾਂ ਇੱਥੋਂ ਭੱਜਣ ਦੀ ਕੋਸ਼ਿਸ਼ ਜਾਂ ਕਿਸੇ ਹੋਰ ਦੁਨੀਆ ਦੇ ਵਿੱਚ ਆਪਣਾ ਟਾਈਮ ਟਪਾਉਣ ਦੀ ਆਪਾਂ ਕਹਿ ਲਈਏ ਖੁਆਇਸ਼ ਹੈ, ਫੈਂਟਸੀ ਦੇ ਵਿੱਚ ਰਹਿਣ ਦੀ, ਉਹ ਨਸ਼ੇ ਵੱਲ ਚਲੇ ਜਾਂਦੇ ਨੇ ਜੀ। ਉਹ ਅਮੀਰ ਬੰਦਿਆਂ ਦੇ ਜਾਂ ਇੱਕ ਡਿਸਪੋਜ਼ੇਬਲ ਇਨਕਮ ਦੇ ਆਪਾਂ ਕਹਿੰਦੇ ਹਾਂ ਸ਼ੌਂਕ ਹੁੰਦੇ ਨੇ। ਹੌਲੀ ਹੌਲੀ ਜਦੋਂ ਇਹ ਨਸ਼ਾ ਸੁਸਾਇਟੀ 'ਚ ਆ ਜਾਂਦਾ ਜੀ, ਅਵੇਲੇਬਲ ਹੋ ਜਾਂਦਾ ਜੀ, ਫਿਰ ਜਿਵੇਂ ਆਪਾਂ ਕਹਿ ਲਓ ਜੀ ਕੁਛ ਲੋਕ ਜਿਹੜੇ ਹਤਾਸ਼ ਹੁੰਦੇ ਨੇ, ਉਹ ਆਪਣੀ ਜ਼ਿੰਦਗੀ ਦੀ ਅਸਲੀਅਤ ਤੋਂ ਭੱਜਣ ਦੇ ਮਾਰੇ ਇਹਦੇ ਨਾਲ ਜੁੜ ਜਾਂਦੇ ਨੇ, ਕੁਛ ਫਰਸਟ੍ਰੇਸ਼ਨਾਂ ਤੋਂ ਦੁਖੀ ਹੋਏ ਲੋਕ ਜਿਹੜੇ ਨੇ ਉਹ ਇਹਨਾਂ ਨਾਲ ਜੁੜਨ ਲੱਗ ਜਾਂਦੇ ਨੇ ਜੀ। ਅਗਲੀ ਸਟੇਜ ਫਿਰ ਆ ਜਾਂਦੀ ਹੈ ਵੀ ਜਿਹੜੇ ਅਨਭੋਗ ਉਮਰ ਦੇ ਨੌਜਵਾਨ ਨੇ, ਜਿਨ੍ਹਾਂ ਨੂੰ ਹਜੇ ਆਪਣਾ ਚੰਗਾ ਮਾੜਾ ਸਮਝਣ ਦੀ ਕਪੈਸਿਟੀ ਹੀ ਨਹੀਂ ਹੈ ਜਾਂ ਉਹ ਉਸ ਪਾਸੇ ਹਜੇ ਸੋਚ ਹੀ ਨਹੀਂ ਰੱਖਦੇ ਹੈਗੇ, ਉਹਨਾਂ ਨੂੰ ਕਿ ਇੱਕ ਦਿਨ ਦੀ ਜਿਹੜੀ ਥ੍ਰਿਲ ਕਹਿੰਦੇ ਹਾਂ ਆਪਾਂ ਜਿਹਨੂੰ ਨੌਜਵਾਨੀ ਦੀ ਵੀ ਯਾਰ ਅੱਜ ਦਾ ਟਾਈਮ ਲੰਘ ਗਿਆ ਕੱਲ੍ਹ ਦੀ ਕੱਲ੍ਹ ਦੇਖਾਂਗੇ, ਉਹ ਪਲ ਜਿਹੜੇ ਨੇ ਉਸ ਵੱਲ ਖਿੱਚੇ ਹੁੰਦੇ ਨੇ, ਤਾਂ ਇਹ ਆਪਦਾ ਪੈਰ ਪਸਾਰਦਾ ਸੁਸਾਇਟੀ ਦੇ ਹਰ ਪਾਸੇ ਫੈਲ ਜਾਂਦਾ ਹੈਗਾ ਜੀ। ਬਟ ਉਹੀ ਹੈ ਵੀ ਸ਼ੁਰੂਆਤ ਜਿਵੇਂ ਹੁੰਦੀ ਹੈ ਜੀ ਸਸਤੇ ਤੋਂ ਹੁੰਦੀ ਹੈ, ਹੌਲੀ ਹੌਲੀ ਫਿਰ ਉਹ
ਮਹਿੰਗੇ ਨਸ਼ਿਆਂ ਵੱਲ ਚਲੀ ਜਾਂਦੀ ਆ, ਜਾਂ ਸਿਆਣੀ ਉਮਰ ਦੇ ਲੋਕ ਵੀ ਇਹ ਚੀਜ਼ਾਂ ਕਰਨ ਲੱਗ ਗਏ, ਬਹੁਤੇ ਸਾਰੇ ਸੈਕਸ਼ੁਅਲੀ ਯੂਜਰਸ ਦੇ ਵਾਸਤੇ ਵੀ ਇਹਨੂੰ ਵਰਤ ਰਹੇ ਆ। ਹੁਣ ਉਹੀ ਹੈ ਨਾ ਜੀ, ਅਵੇਲੇਬਲ ਜਦੋਂ ਤੁਸੀਂ ਕਹਿੰਦੇ ਵੀ ਹਰ ਨੁੱਕੜ ਦੇ ਉੱਤੇ ਇਹ ਚੀਜ਼ ਮੌਜੂਦ ਹੈ, ਉਪਲਬਧ ਹੈ, ਇੰਨੀ ਆਸਾਨੀ ਨਾਲ ਉਪਲਬਧ ਹੈ, ਫਿਰ ਉਹਨੂੰ ਜੀ ਹਰ ਕੋਈ ਬੰਦਾ ਜਿਹੜਾ ਹੈ ਉਹ ਜਦੋਂ ਪਹੁੰਚ 'ਚ ਪਹੁੰਚ ਉਹਦੇ ਪਹੁੰਚ ਗਈ, ਰੀਚ 'ਚ ਚਲੀ ਗਈ ਜੀ, ਫਿਰ ਉਹ ਚਲੋ ਚੰਗਲ 'ਚ ਫਸ ਜਾਂਦਾ। ਦੌਰ ਦੀ ਗੱਲ ਕਰ ਲਈਏ ਜੀ, ਹਾਂਜੀ, ਹੁਣ ਪੰਜਾਬ ਦੇ ਵਿੱਚ ਨਸ਼ਾ ਆਪਾਂ ਦੇਖ ਹੀ ਲਿਆ ਕਿ ਬਹੁਤ ਜ਼ਿਆਦਾ ਵੱਧ ਗਿਆ, ਔਰ ਜਿੰਨੇ ਦਿਨ ਉਨੀਆਂ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ, ਔਰ ਪੰਜਾਬ ਸਰਕਾਰ ਰੋਕ ਨਹੀਂ ਪਾ ਰਹੀ। ਹੁਣ ਇਹਨਾਂ ਨੇ ਇਹ ਕਦਮ ਚੱਕ ਲਿਆ ਜੀ, ਪੰਜਾਬ ਪੁਲਿਸ ਦੇ ਤਬਾਦਲੇ ਕਰਤੇ ਬਹੁਤ ਵੱਡੇ ਪੱਧਰ 'ਤੇ, ਕਿ ਪੰਜਾਬ ਪੁਲਿਸ ਦੇ ਤਬਾਦਲਿਆਂ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੂ, ਕਿ ਇਹ ਕਦਮ ਕਾਫੀ ਹੈ। ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ 10,000 ਲੋਅਰ ਲੈਵਲ ਜਿਹੜੀ ਆਪਣੀ ਕੌਂਸਟੇਬਲਰੀ ਹੈ ਜਾਂ ਹੌਲਦਾਰ ਪੁਜੀਸ਼ਨਾਂ ਨੇ ਇੰਸਪੈਕਟਰ ਤੱਕ ਦੇ, ਉਹਨਾਂ ਦੇ ਤਬਾਦਲੇ ਹੋਏ ਨੇ ਜੀ। ਇਹਨੂੰ ਜੋ ਸਰਕਾਰ ਹੈ ਉਹ ਇਹ ਕਹਿ ਰਹੀ ਹੈ ਕਿ ਇਹ ਅਸੀਂ ਰਿਫੋਰਮ, ਪੁਲਿਸ ਰਿਫੋਰਮ ਵੱਲ ਕਦਮ ਚੱਕਿਆ ਹੈਗਾ ਜੀ। ਉਹਦਾ ਤਰਕ ਇਹ ਦਿੱਤਾ ਜਾ ਰਿਹਾ ਹੈਗਾ ਕਿ ਜੀ ਜਿਹੜੇ ਬੰਦੇ ਬਹੁਤ ਸਾਲ ਤੋਂ ਇੱਕੋ ਹੀ ਪੋਸਟਿੰਗ 'ਚ ਬੈਠੇ ਨੇ, 8-10 ਸਾਲ ਹੋ ਗਏ, ਕਿਸੇ ਨੂੰ 15 ਸਾਲ ਹੋ ਗਏ ਆਪਣੇ ਇਲਾਕੇ 'ਚ ਬੈਠਾ, ਉਹਦੀ ਉਸ ਇਲਾਕੇ ਦੇ ਲੋਕਲ ਜਿਹੜੇ ਮਾੜੇ ਅਨਸਰ ਨੇ, ਤਸਕਰ ਨੇ, ਉਹਨਾਂ ਨਾਲ ਜਾਣ ਪਛਾਣ ਹੈ, 60-65 ਬਣੀ ਹੋਈ ਹੈ, ਉਹਨੂੰ ਤੋੜਨ ਲਈ ਅਸੀਂ ਇਹ ਕੀਤਾ ਕਿ ਜੀ ਬਦਲੀਆਂ ਕਰਤੀਆਂ, ਨਵੀਂ ਥਾਂ ਜਾਣਗੇ, ਨਵੀਂ ਥਾਂ ਉਹ ਰਿਸ਼ਤੇ ਬਣਾਉਣ ਨੂੰ ਟਾਈਮ ਲੱਗੂਗਾ, ਉਹਨਾਂ 'ਚ ਉਹ ਪੈਦਾ ਹੋਣ ਨੂੰ ਟਾਈਮ ਲੱਗੂ, ਸਾਨੂੰ ਉਹਨਾਂ ਟਾਈਮ ਮਿਲ ਜੂਗਾ ਕਿ ਅਸੀਂ ਇਹ ਜਿਹੜੀ ਕੜੀ ਆ ਇਹਨੂੰ ਤੋੜ ਦਾਂਗੇ। ਇਸ ਲਈ ਇਸ ਨੂੰ ਰਿਫੋਰਮ ਦੇ ਤੌਰ 'ਤੇ ਦੱਸਿਆ ਜਾ ਰਿਹਾ, ਦਿਖਾਇਆ ਜਾ ਰਿਹਾ ਹੈਗਾ। ਪਰ ਜੇ ਤੁਸੀਂ ਇਹਦੀ ਜਿਵੇਂ ਆਪਾਂ ਸ਼ੁਰੂਆਤ ਵਾਲੇ ਪਾਸੇ ਤੋਂ ਗੱਲ ਕੀਤੀ ਸੀਗੀ, ਪਹਿਲਾ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਆਪਾਂ ਇਹਨੂੰ ਕਹੀਏ ਕਿ ਨਸ਼ਾ ਕਾਂਡ ਹੋਇਆ ਜਾਂ ਫੜਿਆ ਗਿਆ ਜਾਂ ਜਿਹੜਾ ਸੁਰਖੀਆਂ 'ਚ ਆਇਆ ਜੀ, ਉਹ ਸੀਗਾ ਜਗਦੀਸ਼ ਭੋਲਾ 700 ਕਰੋੜ ਦੇ ਡਰੱਗ ਦੇ ਵਿੱਚ ਕੇਸ ਦੇ ਵਿੱਚ ਫੜਿਆ ਗਿਆ ਸੀਗਾ ਜੀ। ਪੰਜਾਬ ਪੁਲਿਸ ਦਾ DSP ਸੀਗਾ ਜੀ, ਉਹ ਕੋਈ ਕੌਂਸਟੇਬਲ ਨਹੀਂ ਸੀਗਾ, ਉਹ ਕੋਈ ਸਬ ਇੰਸਪੈਕਟਰ ਨਹੀਂ ਸੀਗਾ, DSP ਸੀਗਾ ਅਰਜਨਾਵਾਲੀ ਸੀਗਾ ਜੀ। 700 ਕਰੋੜ ਦਾ ਉਦੋਂ ਕਿਹਾ ਗਿਆ ਸੀ ਕਿ ਇਹ ਨਸ਼ੇ ਦਾ ਇਹ ਕਿੰਗ ਪਿੰਨ ਹੈ ਜੀ, ਅਤੇ ਉਹਨੂੰ 24 ਸਾਲ ਦੀ ਸਜ਼ਾ ਹੋ ਗਈ, 2 ਲੱਖ ਦੀ ਉਹਨੂੰ ਜੁਰਮਾਨਾ ਹੋ ਗਿਆ। ਉਹਨੇ ਨਾਮ ਲਏ ਜੀ, ਉਹਦੇ ਵਿੱਚੋਂ ਕੁਛ ਪੋਲੀਟੀਸ਼ਨਾਂ ਦੇ ਨਾਮ ਸੀਗੇ, ਚਾਹੇ ਉਹ ਬਿੱਟੂ ਔਲਖ ਸੀਗਾ ਜੀ, ਕੋਈ ਚਾਹਲ ਸੀਗਾ ਜੀ, ਚਾਹੇ ਮਜੀਠੀਆ ਦਾ ਨਾਮ ਵੀ ਲਿਆ। ਉਹ ਹਜੇ ਜਾਂ ਤਾਂ ਉਹਨਾਂ 'ਤੇ ਕਾਰਵਾਈ ਨਹੀਂ ਹੋਈ ਜਾਂ ਸਿੱਟ ਦੀਆਂ ਪੇਸ਼ੀਆਂ ਦੇ ਵਿੱਚ ਉਹ ਕੇਸ ਚੱਲੀ ਜਾ ਰਹੇ ਨੇ, 16 ਤੋਂ ਅੱਜ 24 ਹੋ ਗਈ ਹੈ, ਉਹਦਾ ਹੱਲ ਕੋਈ ਨਿਕਲਿਆ ਨਹੀਂ ਹੈਗਾ ਜੀ। ਉਸ ਤੋਂ ਬਾਅਦ ਜੇ ਆਪਾਂ ਖਬਰਾਂ 'ਚ ਆਇਆ ਸੁਰਖੀਆਂ 'ਚ ਕਹਿ ਦਈਏ ਤਾਂ ਸੀਗਾ ਉਹ ਗੁਰਦਾਸਪੁਰ SP ਸਲਵਿੰਦਰ ਸਿੰਘ ਸੀਗਾ ਜੀ, ਤੁਹਾਨੂੰ ਯਾਦ ਹੋਣਾ ਉਹ ਪਠਾਨਕੋਟ ਗਿਆ ਸੀ, ਉਹਦੇ ਨਾਲ ਇੱਕ ਸੁਨਹਿਰਾ ਸੀਗਾ ਜੀ ਬਾਰਡਰ ਤੋਂ, ਉਹ ਕਹਿੰਦੇ ਸਾਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ। ਹੁਣ ਗੁਰਦਾਸਪੁਰ SP ਸੁਨਿਆਰੇ ਨੂੰ ਨਾਲ ਲੈ ਕੇ ਪਠਾਨਕੋਟ ਦੇ ਬਾਰਡਰ 'ਤੇ, ਇੰਟਰਨੈਸ਼ਨਲ ਬਾਰਡਰ 'ਤੇ ਕੀ ਕਰਨ ਗਿਆ ਸੀ, ਕਿਸੇ ਨੇ ਸਵਾਲ ਗਏ ਸੀ, ਜੋ ਮਰਜ਼ੀ ਕਹਿ ਲਓ ਜੀ, ਚਾਹੇ ਕਹਿ ਦਿਓ ਜੀ ਪੰਛੀ ਦੇਖਣ ਗਏ ਸੀ, ਅਸੀਂ ਤਾਂ ਜੀ ਬਰਡ ਲਵਰ ਆ, ਨੇਚਰ, ਜੋ ਮਰਜ਼ੀ ਕਹਿ ਦਿਓ, ਉਹ ਕਹਿੰਦੇ ਮੱਥਾ ਟੇਕਣ ਗਏ ਸੀ। ਪਰ ਸੁਨਿਆਰੇ ਇਹਨੂੰ ਨਾਲ ਲੈ ਕੇ ਜਾਣਾ ਜੀ, ਉੱਥੇ ਦੇ ਲੋਕਲ ਬੰਦਿਆਂ ਨੂੰ ਪੁੱਛੋ ਨਾ ਜੀ, ਉਹ ਕਹਿੰਦੇ ਵੀ ਜਿਹੜੀ ਡਰੱਗ ਦੀ ਪੇਮੈਂਟ ਹੁੰਦੀ ਹੈ ਜਾਂ ਜੋ ਕਿਸੇ ਨੂੰ ਇੱਥੇ ਪਾਰ ਲੰਘਾਉਣਾ ਕਰਨਾ ਜਾਂ ਕੁਛ ਵੀ ਆਪਾਂ ਇਹਨੂੰ ਨਾਮ ਦੇ ਦਈਏ ਤਸਕਰੀ ਨੂੰ, ਉਹ ਸੋਨੇ ਜਾਂ ਹੀਰੇ ਜਵਾਹਰਾਤ 'ਚ ਹੁੰਦੀ ਹੈਗੀ ਆ ਜੀ। ਅੱਛਾ, ਅਤੇ ਉਹਦੀ ਜੇ ਪਛਾਣ ਕਰਨੀ ਆ ਵੀ ਇਹ ਕਿੰਨਾ ਕੁ ਅਸਲੀ ਹੈ ਕਿੰਨਾ ਕੁ ਨਕਲੀ ਹੈ, ਉਹ ਸੁਨਿਆਰਾ ਹੀ ਕਰ ਸਕਦਾ ਜੀ, ਹੋਰ ਕੌਣ ਕਰ ਸਕਦਾ। ਫਿਰ ਤਾਂ ਸੁਨਿਆਰਾ ਲੱਗ ਗਿਆ, ਅਤੇ ਹੋਰ ਸੁਨਿਆਰਾ ਨੂੰ ਮਤਲਬ ਜੀ ਕਾਹਦੇ ਵਾਸਤੇ ਲੈ ਕੇ ਜਾਣਾ ਹੈ, ਮਤਲਬ ਇਹ ਲੋਕਾਂ ਨੂੰ, ਜਿਹੜੇ ਲੋਕਲ ਕਿਸੇ ਨਾਲ ਵੀ ਗੱਲ ਕਰੋ, ਕਿਸੇ ਨੂੰ ਵੀ ਪੁੱਛ ਲਓ ਤਾਂ ਇਹ ਸੱਚਾਈ ਹੈ। ਉਹ ਅੱਡ ਗੱਲ ਹੈ ਵੀ ਉਹਨਾਂ ਨੇ ਅੱਗੇ ਜੋ ਭੇਜੇ ਉਹ ਅੱਤਵਾਦੀ ਭੇਜਦੇ ਸਮਗਲਰ ਦੀ ਥਾਂ 'ਤੇ, ਉਹ ਕੋਈ ਚਲੋ ਜੋ ਵੀ ਘਟਨਾਕ੍ਰਮ ਹੋਈ, ਹੋਇਆ ਕਿ ਉਹਨੂੰ ਬਰੀ ਕਰ ਦਿੱਤਾ ਗਿਆ ਜੀ, ਕਲੀਨ ਚਿੱਟ ਦੇ ਤੀ, ਮਹੀਨੇ ਬਾਅਦ ਉਹਦੇ 'ਤੇ ਬਲਾਤਕਾਰ ਦਾ ਅਤੇ ਕਰਪਸ਼ਨ ਦਾ ਕੇਸ ਪਾ ਕੇ ਉਹਨੂੰ 10 ਸਾਲ ਦੀ ਸਜ਼ਾ ਹੋ ਗਈ, ਬਰਖਾਸਤ ਕਰਤਾ। ਰਾਜਜੀਤ ਹੋਣੀ, ਉਸ ਤੋਂ ਬਾਅਦ ਹਾਂ ਅਗਲਾ ਕੇਸ ਜਿਹੜਾ ਆਇਆ ਜੀ, ਉਹ ਸੀਗਾ SSP ਰਾਜਜੀਤ ਸੀਗੇ ਜੀ ਮੋਗੇ ਦੇ, ਉਹਨਾਂ ਦਾ ਕੇਸ ਆਇਆ ਜੀ।
ਉਹਨਾਂ ਦੇ ਕੇਸ ਦੀ ਤਫਤੀਸ਼, ਇੰਦਰਜੀਤ ਇੰਸਪੈਕਟਰ ਸੀਗਾ ਜੀ ਉਹਨਾਂ ਦਾ ਨਾਮ ਆਇਆ, ਉਹਨਾਂ ਦੀ ਜਿਹੜੀ ਤਫਤੀਸ਼ ਹੈ ਉਹ ਸਿੱਟ ਨੇ ਜਿਹੜੀ ਨੇ ਕੀਤੀ ਉਹ ਡੀ ਜੀ ਪੀ ਚੱਟੋਪਾਧਿਆਏ ਨੇ ਕੀਤੀ ਜੀ। ਜਿਹੜੀ ਡੀ ਜੀ ਪੀ ਚੱਟੋਪਾਧਿਆਏ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ, ਉਹ 'ਚ ਲਿਖਿਆ ਹੋਇਆ ਜੀ, ਉਹ ਹਾਈ ਕੋਰਟ ਦੇ ਵਿੱਚ ਜਮ੍ਹਾਂ ਹੋਈ ਹੈ ਰਿਪੋਰਟ, ਕਿ ਇਹਦੇ ਵਿੱਚ ਡੀ ਜੀ ਪੀ ਸੁਰੇਸ਼ ਅਰੋੜਾ ਅਤੇ ਡੀ ਜੀ ਪੀ ਦਿਨਕਰ ਗੁਪਤਾ ਇਹਨਾਂ ਵੱਲ ਸੂਈ ਜਾ ਰਹੀ ਹੈ, ਕਿਉਂਕਿ ਚੰਡੀਗੜ੍ਹ 'ਚ ਇੱਕ ਬਨਾਮੀ ਕੋਠੀ ਹੈ ਜਿਹੜੀ ਉਹ 5-6 ਕਰੋੜ ਦੀ ਲਾਗਤ ਨਾਲ ਉਹ ਰਾਜਜੀਤ ਤਿਆਰ ਕਰਾ ਰਿਹਾ ਸੀਗਾ, ਉਹ ਦਿਨਕਰ ਗੁਪਤਾ ਵਾਸਤੇ ਸੀ ਜਾਂ ਜਿਹਦੇ ਵਾਸਤੇ ਵੀ ਸੀ, ਇਹ ਲਿੰਕ ਜਿਹੜਾ ਹੈ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਨਾਲ ਜੋੜਤਾ, ਨੱਥੀ ਕੀਤਾ ਜੀ, ਜਿਹੜੀ ਕੋਰਟ ਨੂੰ ਦਿੱਤੀ ਹੈ ਰਿਪੋਰਟ ਦਿੱਤੀ ਹੈ। ਜਿਹੜੀਆਂ ਰਿਪੋਰਟਾਂ ਹਾਲੇ ਕਈ ਵਿੱਚ 2 ਖੁੱਲੀਆਂ ਜੀ, 5 ਨਹੀਂ ਖੁੱਲੀਆਂ, ਕਿੰਨੇ ਕਿੰਨੇ ਸਾਲ ਹੋ ਗਏ ਉਹ ਵੀ ਹਿੱਸਾ ਇਹਦਾ ਵੀ। ਜੇ ਤੁਸੀਂ ਹੱਲ ਦੇਖੋ ਜਾਂ ਆਪਾਂ ਐਂਡ ਰਿਜ਼ਲਟ ਕੀ ਹੈ, ਕੀ ਨਿਕਲਿਆ ਜੀ, ਰਾਜਜੀਤ ਭਗੌੜਾ ਹਜੇ ਤੱਕ ਫੜਿਆ ਨਹੀਂ ਗਿਆ ਜੀ, ਦਿਨਕਰ ਗੁਪਤਾ ਜੀ ਜਿਹੜੇ ਨੇ ਉਹ ਇੰਡੀਆ ਦੀ NIA ਜਿਹੜੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੇ ਨੇ, ਹਾਂ ਉਹਦੇ ਨਹੀਂ ਮੇਰਾ ਖਿਆਲ ਰਿਟਾਇਰ, ਚਲੋ ਉਹਦੇ ਹੈੱਡ ਬਣ ਗਏ ਸੀ, ਉਦੋਂ ਬਾਅਦ ਪ੍ਰਮੋਸ਼ਨ ਹੋ ਕੇ ਰਿਟਾਇਰ ਹੋ ਗਏ। ਹਾਂ ਅਤੇ ਜੇ ਆਪਾਂ ਸੁਰਿੰਦਰ, ਉਹ ਮਾਫ਼ ਕਰਨਾ ਮੈਂ ਥੋੜ੍ਹਾ ਜਿਹਾ ਉਹ ਵੀ ਦਰੁਸਤ ਕਰ ਦਿੰਦਾ, ਉਹ ਵੀ ਆ ਗਏ, ਜ਼ਮਾਨਤ ਮਿਲ ਚੁੱਕੀ ਸੀ ਬਾਅਦ ਦੇ ਵਿੱਚ ਉਹਨਾਂ ਨੂੰ, ਜਿਹੜੇ ਰਾਜਜੀਤ ਭੱਜ ਗਏ ਸੀਗੇ, ਹਾਂਜੀ ਫੜੇ ਨਹੀਂ ਗਏ, ਬਾਅਦ ਵਿੱਚ ਜ਼ਮਾਨਤ ਮਿਲ ਗਈ। ਅੱਛਾ ਚਲੋ ਜੋ ਵੀ ਹੈ, ਜ਼ਮਾਨਤ 'ਤੇ ਹੋਣਗੇ, ਕੇਸ ਚੱਲਦਾ ਹੋਊਗਾ, ਬਟ ਇਹ ਜੇ ਆਪਾਂ ਇਹਨੂੰ ਇੰਨੇ ਸੀਰੀਅਸ ਅਫੈਂਸ ਦੀ ਗੱਲ ਕਰ ਰਹੇ ਹਾਂ ਜੀ, ਅਤੇ ਤੁਹਾਡੀ ਪੁਲਿਸ ਫੋਰਸ ਜੀ ਨੇ ਉਹਨੂੰ ਰੋਕਣਾ ਹਾਇਰ ਲੈਵਲ ਦੇ ਅਫਸਰ, ਉਹ ਜ਼ਮਾਨਤ 'ਤੇ ਨੇ ਉਹਨਾਂ ਦਾ ਕੇਸ ਕਿੰਨੇ ਕੁ ਪੁਖਤਾਗੀ ਨਾਲ ਲੜਿਆ ਗਿਆ ਹੋਊਗਾ ਆਪਾਂ ਉਹਨਾਂ ਦੇ ਵਿੱਚ ਨਹੀਂ ਜਾਂਦੇ, ਬਟ ਇਹ ਸਾਰੇ ਕੀ ਇਹ ਜਿਹੜਾ ਲੋਅਰ ਰੈਂਕ ਸੀਗਾ ਜਾਂ ਇਹ ਹਾਇਰ ਰੈਂਕ ਹੈ? ਬਿਲਕੁਲ, ਮੈਂ ਸਿਰਫ ਉਹਦੇ ਵੱਲ ਪਾਸੇ ਲੈ ਕੇ ਜਾਣ ਦੀ ਤੁਹਾਨੂੰ ਕੋਸ਼ਿਸ਼ ਕਰ ਰਿਹਾ ਸੀ ਵੀ ਜਿਹੜੇ ਫੈਕਟ ਨੇ ਉਹ ਪੁਆਇੰਟ ਇਹ ਕਰ ਰਹੇ ਨੇ ਕਿ ਵੱਡੇ ਵੱਡੇ ਅਫਸਰਾਂ ਦਾ ਮਿਲੀਭਗਤ ਹੱਥ ਹੈ। ਬਿਲਕੁਲ ਠੀਕ, ਠੀਕ ਹੈ ਜੀ, ਲੇਕਿਨ ਆਪਾਂ ਜੋ ਹੱਥ ਪਾ ਰਹੇ ਹਾਂ ਜਾਂ ਜੋ ਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਇੰਸਪੈਕਟਰ ਤੋਂ ਨੀਚਲੇ ਲੈਵਲ 'ਤੇ ਜ਼ਿਆਦਾ ਕਰ ਰਹੇ ਹਾਂ, ਜਦਕਿ ਉਹਨਾਂ ਦੀ ਮਾਰ ਜੇ ਹੋਊਗੀ ਤਾਂ ਉਹ ਗ੍ਰਾਮਾਂ ਦੇ ਵਿੱਚ ਹੋਊਗੀ, ਇਹ ਕਿਲੋਆਂ ਵਾਲੇ ਤਸਕਰ ਨੇ ਜੀ, ਆਹ ਫਰਕ ਹੈ ਜੀ ਉਹਨਾਂ ਦੇ ਵਿੱਚੋਂ। ਨਹੀਂ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਜਿਸ ਤਰੀਕੇ ਨਾਲ ਪੁਲਿਸ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ, ਔਰ ਤੁਸੀਂ ਫੈਕਟ ਵੀ ਦੱਸ ਰਹੇ ਸੀ ਉਹਨਾਂ ਦੇ ਕਿ ਜ਼ਿਆਦਾਤਰ ਪੁਲਿਸ ਤਾਂ ਜਿਹੜੀ VIP ਸੁਰੱਖਿਆ ਵਾਸਤੇ ਵਰਤੀ ਜਾ ਰਹੀ। ਹਾਂ ਉਹ ਦੇਖੋ, ਉਹ ਵੀ ਇੱਕ ਬਹੁਤ ਵੱਡੀ ਚੀਜ਼ ਹੈ ਜੀ, ਜਿਹੜੀ ਪੰਜਾਬ ਦੀ ਪੁਲਿਸ ਹੈ ਨਾ ਜੀ ਉਹ ਦੇਸ਼ ਦੀ ਸਭ ਤੋਂ ਟੌਪ ਹੈਵੀ ਪੁਲਿਸ ਹੈ ਜੀ। ਟੌਪ ਹੈਵੀ ਦਾ ਮਤਲਬ ਕੀ ਹੈ ਕਿ ਜਿਹੜੇ ਉਹਦੇ ਉੱਪਰਲੇ ਰੈਂਕ ਦੇ ਅਫਸਰ ਨੇ ਉਹ ਇੰਨੀ ਜ਼ਿਆਦਾ ਗਿਣਤੀ 'ਚ ਨੇ, ਇੰਨੀ ਭਾਰੀ ਹੈ ਉਹ ਕਿ ਉਹਨੂੰ ਚੰਗੇ ਤਰੀਕੇ ਨਾਲ ਚਲਾਇਆ ਹੀ ਨਹੀਂ ਜਾ ਸਕਦਾ ਹੈਗਾ। ਹੁਣ ਇਹਦਾ ਜੇ ਤੁਸੀਂ ਤੁਲਨਾ ਕਰਨ ਦੀ ਸੋਚਣਾ ਹੋਵੇ ਤਾਂ ਜੀ, ਜੇ DGP DIG IG ਰੈਂਕ ਦੇ ਜੇ ਆਪਾਂ ਬੰਦੇ ਗੱਲ ਕਰੀਏ ਪੁਲਿਸ ਦੇ ਵਿੱਚ, ਪੰਜਾਬ ਦੇ ਵਿੱਚ UP ਅਤੇ ਮਹਾਰਾਸ਼ਟਰ ਨਾਲੋਂ ਜ਼ਿਆਦਾ ਗਿਣਤੀ ਇਹਨਾਂ ਅਫਸਰਾਂ ਦੀ ਹੈ ਜੀ। ਅੱਛਾ, ਜਦਕਿ ਜੇ ਪਾਪੂਲੇਸ਼ਨ ਦੇਖੋ ਉਹਨਾਂ ਦੀ, ਕਿੰਨੇ ਕਿੰਨੇ ਕਰੋੜ ਪਾਪੂਲੇਸ਼ਨ ਆਪਣੀ, ਕਿੰਨਾ ਕੁ ਸੂਬਾ, ਛੋਟਾ ਜਿਹਾ ਸੂਬਾ ਜੀ, ਲੇਕਿਨ ਅਫਸਰਾਂ ਦੀ ਗਿਣਤੀ ਵੱਡੇ ਅਫਸਰਾਂ ਦੀ ਦੇਖੀਏ ਤਾਂ ਆਪਣੀ ਉਹਨਾਂ ਤੋਂ ਜ਼ਿਆਦਾ ਹੈ ਜੀ। ਫਿਰ ਆਪਾਂ ਗੱਲ ਕਰੀਏ ਜੀ, ਜਿਹੜਾ ਖਰਚ ਪੰਜਾਬ ਪੁਲਿਸ 'ਤੇ ਹੁੰਦਾ ਹੈਗਾ ਪਰ ਪਰਸਨ ਦੀ ਜੇ ਆਪਾਂ ਗੱਲ ਕਰੀਏ, ਤਾਂ ਪੰਜਾਬ 2000 ਰੁਪਏ ਖਰਚ ਕਰਦਾ ਜੀ, ਹਰਿਆਣਾ 1300 ਕਰਦਾ, ਮਹਾਰਾਸ਼ਟਰ 900 ਰੁਪਏ ਕੁਛ ਖਰਚ, ਇਸ ਤਰ੍ਹਾਂ ਦਾ ਬਜਟ ਹੈ ਜੀ ਪੁਲਿਸਾਂ ਦਾ। ਜੇ ਆਪਾਂ ਪੈਸੇ ਦੀ ਗੱਲ ਵੀ ਕਰੀਏ ਤਾਂ ਪੰਜਾਬ ਚੰਗੇ ਪੈਸੇ ਖਰਚ ਕਰਦਾ, ਪੁਲਿਸ ਫੋਰਸ ਸਭ ਤੋਂ ਮਾਡਰਨ ਪੁਲਿਸ ਫੋਰਸ ਹੈ ਆਪਣੀ ਜੀ। ਅਫਸਰ ਤੁਹਾਡੇ ਕੋਲ ਬਹੁਤ ਜ਼ਿਆਦਾ ਨੇ ਜੀ, ਬਜਟ ਤੁਹਾਡੇ ਕੋਲ ਹੈਗਾ ਜੀ, ਲੇਕਿਨ ਡਰੱਗ ਦਾ ਨਸ਼ਾ ਸਭ ਤੋਂ ਜ਼ਿਆਦਾ ਪੰਜਾਬ 'ਚ ਵਿਕਦਾ ਹੈਗਾ ਜੀ। ਫਿਰ ਉਹ ਪੁਲਿਸ ਕਿੰਨੀ ਕੁ ਕਾਬਲ ਹੈ, ਕਿੰਨੀ ਕੁ ਕਾਰਾਗਾਰ ਹੈ, ਉਹ ਸਵਾਲ ਤਾਂ ਚੱਕਿਆ ਹੀ ਜਾਣਾ ਚਾਹੀਦਾ ਹੈ ਜੀ, ਵਾਜਿਬ ਬਣਦਾ ਸਵਾਲ ਚੱਕਣਾ ਉਹਨਾਂ ਦੇ ਉੱਪਰ। ਨਹੀਂ ਗਿਣਤੀ ਵੀ ਤੁਸੀਂ ਦੱਸ ਰਹੇ ਸੀ, ਹਾਂ ਦੂਸਰਾ ਇਹ ਹੈ ਵੀ ਉਹ ਫੋਰਸ ਤੈਨਾਤ ਕਿੱਥੇ ਹੋਈ ਹੋਈ ਹੈ ਜੀ, ਜਿਹੜੀ 73% ਦੇ ਆਸ ਪਾਸ ਪੁਲਿਸ ਫੋਰਸ ਹੈ ਉਹ ਤਾਂ ਸਿਕਿਉਰਿਟੀ ਡਿਊਟੀਆਂ 'ਤੇ ਹੈ ਜੀ, VIP ਸਿਕਿਉਰਿਟੀ ਡਿਊਟੀਆਂ ਨੇ ਜੀ, ਚਾਹੇ ਉਹ ਅਫਸਰਾਂ ਦੀਆਂ ਨੇ, ਚਾਹੇ ਉਹ ਪੋਲੀਟੀਸ਼ਨਾਂ ਦੀਆਂ ਨੇ, ਚਾਹੇ ਉਹ ਬਿਊਰੋਕਰੈਟਸ ਦੀਆਂ ਨੇ, ਚਾਹੇ ਉਹ ਪ੍ਰਮੁੱਖ ਲੋਕਾਂ ਦੀਆਂ ਨੇ, ਉਹਨਾਂ ਦੀ ਸਿਕਿਉਰਿਟੀ ਦੇ ਉੱਪਰ ਹੈ ਜੀ।
10% ਪੁਲਿਸ ਫੋਰਸ ਹੈ ਉਹ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਸੀ, ਜਿੰਨੇ ਵੀ ਧਰਨੇ ਮੁਜ਼ਾਹਰੇ ਜੋ ਕਿ ਰੋਜ਼ ਦਾ ਕੰਮ ਹੈ ਪੰਜਾਬ ਦੇ ਵਿੱਚ, ਉਹਨਾਂ ਦੇ ਉੱਤੇ ਉਹਨਾਂ ਦੀ ਡਿਊਟੀ ਆ ਵੀ ਉਹਨੂੰ ਕੰਟਰੋਲ ਕਰਕੇ ਰੱਖਣਾ ਤਾਂ ਕਿ ਇਹ ਹਾਲਾਤ ਜਿਹੜੇ ਨੇ ਬੇਕਾਬੂ ਨਾ ਹੋ ਜਾਣ ਜੀ। 5% ਪੁਲਿਸ ਫੋਰਸ ਜਿਹੜੀ ਆ ਉਹ ਥਾਣਿਆਂ ਦੇ ਵਿੱਚ ਹਾਜ਼ਰੀ ਉਹਨਾਂ ਦੀ ਚਾਹੀਦੀ ਆ ਵੀ ਉੱਥੇ ਦਾ ਕੋਈ ਕੰਮਕਾਰ ਆ ਜਿਹੜਾ ਕਾਗਜ਼ੀ ਕੰਮਕਾਰ ਹੈ ਉਹ ਦੇਖਣਾ ਉਹਨਾਂ ਵਾਸਤੇ ਜ਼ਰੂਰੀ ਹੈ, ਡਾਕਟਰਾਂ ਦੇ ਵਿੱਚ ਜਿਹੜੇ, ਹਾਂਜੀ ਜਿਹੜੇ ਮੋਟਾ ਮੋਟਾ ਤੁਸੀਂ ਇਹ ਲਾ ਲਓ ਵੀ ਜਿਹੜੀ ਆ 12% ਬਚੀ ਫਿਰ ਪੁਲਿਸ, ਹਾਂ 12% ਪੁਲਿਸ ਫੋਰਸ ਬਚੀ ਆ, ਉਹਨੇ ਟ੍ਰੈਫਿਕ ਦੀਆਂ ਡਿਊਟੀਆਂ ਵੀ ਦੇਣੀਆਂ ਨੇ ਅਤੇ ਉਹਨੇ ਕ੍ਰਾਈਮ ਦੇ ਉੱਤੇ ਵੀ ਜਿਹੜਾ ਹੈ ਕਾਬੂ ਪਾਉਣਾ ਹੈਗਾ ਜੀ, ਉਹ ਨਸ਼ਾ ਵੀ ਉਹਨਾਂ ਨੇ ਫੜਨਾ ਹੈਗਾ ਉਹਦੇ ਉੱਪਰ ਆ ਰਹੇ ਨੇ ਜੀ। ਮਤਲਬ ਪੁਲਿਸ ਦੀ ਗਿਣਤੀ ਸਿਰਫ ਜਿਹੜੀ VIP ਉਹ ਜ਼ਿਆਦਾ ਵਰਤੀ ਜਾ ਰਹੀ ਹੈ ਅਤੇ 12% ਜਿਹੜੀ ਪੁਲਿਸ ਆ ਉਹ ਫਿਰ ਕਿੱਥੇ ਨਸ਼ਾ ਰੋਕ ਲੂ, ਕਿੱਥੇ ਜਿਹੜੀ ਆ ਲੋ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਕਰ ਲੂਗੀ? ਉਹ ਬਿਲਕੁਲ ਉਹ ਕਹਿੰਦੇ ਨੇ ਜੀ ਸਾਡੇ ਹੱਥ ਖੜੇ ਨੇ, ਅਸੀਂ ਕੀ ਕਰੀਏ ਉਹਦੇ ਵਿੱਚ ਵੀ। ਜੇ ਆਪਾਂ ਅੱਗੇ ਦੇਖੀਏ ਤਾਂ ਇਸ ਨੂੰ ਵੀ ਸਰਕਾਰ ਸ਼ਾਇਦ ਮਤਲਬ ਇਸ ਰੂਪ 'ਚ ਲੈ ਕੇ ਜਾ ਰਹੀ ਹੈ ਕਿ ਆਉਣ ਵਾਲੇ ਟਾਈਮ 'ਚ ਸ਼ਾਇਦ 1 ਜੁਲਾਈ ਤੋਂ VIP ਜਿਹੜੀ ਡਿਊਟੀ ਹੈ ਉਹ ਹੁਣ ਪਤਾ ਨਹੀਂ ਕਿਹੜੀ ਕਿਹੜੀ ਕੈਟਾਗਰੀ ਦੀ ਕੀਤੀ ਹੈ ਉਹ ਪੇਡ ਕਰਤੀ ਗਈ ਹੈ ਜੀ, ਵੀ ਜੇ ਤੁਸੀਂ ਪੁਲਿਸ ਕਰਮੀ ਲੈਣੇ ਨੇ ਸੁਰੱਖਿਆ ਦੇ ਉਹਦਾ ਖਰਚਾ ਜਿਹੜਾ ਹੈ 3 ਲੱਖ ਤੋਂ ਜਿਹਦੀ ਜ਼ਿਆਦਾ ਆਮਦਨ ਆ ਮਹੀਨੇ ਦੀ ਉਹ ਜਿਹੜਾ ਨਹੀਂ, ਪਰ ਉਹਦੇ ਵਿੱਚ ਵੀ ਉਹ ਪੋਲੀਟੀਸ਼ੀਅਨ ਉਹ ਸਰਕਾਰੀ ਅਫਸਰ ਉਹ ਤਾਂ ਕੱਢੇ ਗਏ ਹੋਣਗੇ ਨਾ ਜੀ, ਉਹਨਾਂ ਤੋਂ ਥੋੜ੍ਹਾ ਮੰਗੋਗੇ, ਉਹਨਾਂ ਤੋਂ ਨਹੀਂ ਅਤੇ ਉਹ ਬਲਕ ਜਿਹੜਾ ਹੈ ਪੁਲਿਸ ਦਾ ਉਹ ਤਾਂ ਉਹਨਾਂ ਕੋਲ ਹੀ ਹੈ, ਹਰੇਕ ਅਫਸਰ ਦੇ ਨਾਲ 10-10, 15-15 ਜਿਹੜੇ ਨੇ ਉਹ ਡਿਊਟੀ 'ਤੇ ਨੇ। ਅੱਗੇ ਫਿਰ ਇਹ ਨਹੀਂ ਹੈਗਾ ਕਿ ਉਹਨਾਂ ਦੀ ਸੁਰੱਖਿਆ ਹੀ ਹੈ ਜੀ, ਘਰਾਂ 'ਚ ਲਾਂਗਰੀਆਂ ਦਾ ਕੰਮ ਹੈ ਜੀ, ਉਹਨਾਂ ਦੇ ਨਾਲ ਡਰਾਈਵਰਾਂ ਦਾ ਕੰਮ ਹੈ ਜੀ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੋਪਿੰਗ ਕਰਾਉਣੀ, ਘਰ ਰੋਟੀ ਪਾਣੀ ਸਬਜ਼ੀ ਸੇਵਾਦਾਰੀ ਸਾਰਾ ਜਿਹੜਾ ਹੈ ਉਹ। ਮਤਲਬ ਤੁਸੀਂ ਕੁੱਲ ਮਿਲਾ ਕੇ ਇਹ ਪੁਆਇੰਟ ਕਲੀਅਰ ਕਰਤਾ ਕਿ ਜਿਹੜਾ ਸਰਕਾਰ ਕਹਿੰਦੀ ਹੈ ਕਿ ਅਸੀਂ ਆਹ 10,000 ਤਬਾਦਲੇ ਕਰਕੇ ਜਿਹੜੀ ਇਹ ਤਸਕਰਾਂ ਦੀ ਅਸੀਂ ਲੱਕ ਤੋੜਤਾ ਜਾਂ ਅਸੀਂ ਇਹਨੂੰ ਰੋਕ ਦਿਆਂਗੇ ਨਸ਼ੇ ਨੂੰ, ਉਹ ਇਹ ਫੇਲ ਹੈ, ਯਾਨੀ ਕਹਿਣ ਦਾ ਭਾਵ ਇਹ ਪੁਆਇੰਟ ਕੋਈ ਠੀਕ ਨਹੀਂ ਹੈ, ਉਹਨਾਂ ਦਾ ਇਹ ਕਦਮ ਕੋਈ ਵਾਲਾ ਕੋਈ ਠੀਕ ਨਹੀਂ। ਇਕੱਲਾ ਇਹ ਕਦਮ ਨਹੀਂ ਹੈ ਜੀ, ਉਹਨਾਂ ਇੰਨਾ ਕਾਰਾਗਾਰ ਨਹੀਂ, ਆਪਾਂ ਨੂੰ ਰਿਫੋਰਮ 'ਚ ਦੇਖ ਸਕਦੇ ਹਾਂ ਵੀ ਉਹ ਟਾਈਮ 'ਚ ਉਹ ਨਕਸਲ ਵਾਕਈ ਤੋੜਦੇ ਨੇ, ਖਾਨਾ ਪੂਰਤੀ ਹੈ। ਹਾਂਜੀ, ਦੂਜਾ ਇੱਕ ਉਹਨਾਂ ਨੇ ਕੀਤਾ ਜੀ ਓਪਰੇਸ਼ਨ ਕਾਸੋ ਕਰਕੇ ਚਲਾਇਆ ਜਾ ਰਿਹਾ ਹੈਗਾ, ਪਿਛਲੇ ਕਈ ਟਾਈਮ 'ਚ ਥੋੜ੍ਹੇ ਥੋੜ੍ਹੇ ਚੱਲ ਵੱਖ ਵਿਵਾਦ ਹੁੰਦਾ ਕਿ ਅੱਜ ਜੀ ਪੰਜਾਬ ਦੇ ਵਿੱਚ 500 ਪੁਲਿਸ ਦੇ ਜਿਹੜੇ ਬੰਦੇ ਨੇ ਉਹ ਜੀ 40-50 ਥਾਵਾਂ 'ਤੇ ਇਕੱਠੀ ਰੇਡ ਕਰ ਰਹੇ ਨੇ, ਉੱਥੇ ਉਹ ਰਿਕਵਰੀ ਪਾਉਂਦੇ। ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਦਾ, ਹਾਂਜੀ ਇਹ ਜਿਹੜੀ ਪੁਲਿਸ ਰੇਡ ਕਰਨ ਜਾਂਦੀ ਹੈ ਉਹ ਪਹਿਲਾਂ 1/2 ਘੰਟਾ ਪਹਿਲਾਂ ਪੱਤਰਕਾਰਾਂ ਨੂੰ ਮੈਸੇਜ ਕਰ ਦਿੰਦੀ ਹੈ, ਫੋਟੋ ਖਿੱਚੋ, ਫਲਾਨੀ ਥਾਂ ਅਸੀਂ ਰੇਡ ਕਰਨ ਜਾਣਾ, ਔਰ ਪੱਤਰਕਾਰ ਸਾਹਿਬਾਨ ਉੱਥੇ ਆ ਕੇ ਉਹਨੂੰ ਕਵਰੇਜ ਕਰਨ ਦੀ ਜਿਹੜੀ ਆ ਉਹ ਕਿਰਪਾਲਤਾ ਕਰਨ। ਅਤੇ ਜਿਨ੍ਹਾਂ ਨੂੰ ਹੁਣ 1/2 ਘੰਟਾ ਪਹਿਲਾਂ ਪਤਾ ਲੱਗ ਗਿਆ ਬਿਲਕੁਲ ਉਹ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਸ ਪਿੰਡ ਦੇ ਵਿੱਚ ਪਹੁੰਚਣਗੇ, ਅਤੇ ਫਿਰ ਪਤਾ ਨਹੀਂ ਲੱਗੂ ਲੋਕਾਂ ਨੂੰ ਵੀ ਜੀ ਪੁਲਿਸ ਇੱਥੇ ਆ ਰਹੀ ਹੈ ਅਤੇ ਫਿਰ ਫੜਿਆ ਕੀ ਜਾਣਾ ਉੱਥੇ ਸਵਾਲ। ਜੇ ਤੁਸੀਂ ਰਿਕਵਰੀਆਂ ਦੇਖੋ ਜਿਹੜੇ ਅੰਕੜੇ ਜਾਰੀ ਕੀਤੇ ਜਾਂਦੇ ਨੇ ਉਹ ਜੀ 90 ਗ੍ਰਾਮ ਪੜਿਆ ਗਿਆ ਨਸ਼ਾ ਜੀ, ਜਿਹੜਾ ਓਪਰੇਸ਼ਨ ਕਾਸੋ ਵਗੈਰਾ ਵੀ ਚੱਲ ਰਿਹਾ ਜੀ ਉਹਦੇ ਵਿੱਚ ਜਿਹੜੀਆਂ ਰਿਕਵਰੀਆਂ ਹੋ ਰਹੀਆਂ ਨੇ ਉਹ ਅੰਕੜੇ ਦਿਖਾਏ ਜਾਂਦੇ ਨੇ ਜੀ ਕਿ 90 ਗ੍ਰਾਮ ਅਸੀਂ ਚਿੱਟਾ ਫੜ ਲਿਆ ਜੀ, 90 ਗ੍ਰਾਮ ਅਸੀਂ ਜਾਂ 1 ਕਿਲੋ ਅਸੀਂ ਪੁੱਕੀ ਫੜ ਲਈ ਜਾਂ 1 ਲੱਖ ਰੁਪਏ ਅਸੀਂ ਨਕਦੀ ਜਿਹੜੀ ਹੈ ਡਰੱਗ ਮਨੀ ਜਿਹਨੂੰ ਕਿਹਾ ਜਾਂਦਾ ਉਹ ਰਿਕਵਰ ਕਰ ਲਈ। ਪਰ ਇਹ ਜ਼ਿਆਦਾਤਰ ਜਿਹੜੇ ਨੇ ਇਹ ਅੰਕੜਿਆਂ ਦੇ ਹੀ ਇੱਕ ਆਪਾਂ ਕਹਿ ਦਈਏ ਹੇਰ ਫੇਰ ਜਾਂ ਇੱਕ ਦਿਖਾਵਾ ਹੁੰਦਾ ਹੈਗਾ ਜੀ, ਉਹ ਇਸ ਤਰ੍ਹਾਂ ਦਾ ਕੋਈ ਵੀ ਇਹਦੇ ਵਿੱਚ ਰਿਕਵਰੀ ਨਹੀਂ ਹੋਈ ਜਾਂ ਇਸ ਤਰ੍ਹਾਂ ਦਾ ਕੋਈ ਵੀ, ਹਾਂ ਜਿਹਨੂੰ ਆਪਾਂ ਇਹ ਕਹਿ ਦਈਏ ਕਿ ਜਿਹੜਾ ਬਿੱਗ ਫਿਸ਼ ਜਿਹਨੂੰ ਕਹਿੰਦੇ ਸੀ ਕਿ ਵੱਡੇ ਜਿਹੜੇ ਤਸਕਰ ਨੇ ਉਹ ਫੜਾਂਗੇ ਜਾਂ ਉਹਨਾਂ ਤੋਂ ਅਸੀਂ ਇੰਨੀ ਰਿਕਵਰੀ ਕਰਾਂਗੇ, ਜਿਵੇਂ ਜੇ ਡਰੱਗ ਦੀ ਆਪਾਂ ਗੱਲ ਕਰੀਏ ਵੀ 1 ਕਿਲੋ ਜੇ ਹੀਰੋਇਨ ਫੜੀ ਗਈ ਤਾਂ ਉਹਦੀ ਮਾਤਰਾ ਦੀ ਕੀਮਤ ਜਿਹੜੀ ਅੰਤਰਰਾਸ਼ਟਰੀ ਬਾਜ਼ਾਰ 'ਚ ਆਪਾਂ ਕਹਿੰਦੇ ਹਾਂ ਉਹ 1,000 ਕਰੋੜ ਹੁੰਦੀ ਹੈ ਰਿਕਵਰੀ, ਐਂ ਦਿਖਾਇਆ ਜਾਂਦਾ ਵੀ ਬਹੁਤ ਵੱਡਾ ਕੰਮ ਨਹੀਂ, ਬਟ ਰਿਕਵਰੀ ਜਿਹੜੀ ਡਰੱਗ ਮਨੀ ਦੀ ਕਰਦੇ ਹਾਂ ਉਹ ਆਪਾਂ ਕਹਿੰਦੇ ਵੀ 2 ਲੱਖ ਰੁਪਏ ਫੜਿਆ ਗਿਆ ਜੀ, ਜ਼ਿਆਦਾ ਤੋਂ ਜ਼ਿਆਦਾ 5 ਲੱਖ ਰੁਪਏ ਫੜਿਆ ਗਿਆ। ਜੇ 1,000 ਕਰੋੜਾਂ ਦਾ ਵਪਾਰ ਹੈ ਉਹਨੂੰ ਕਰਨ ਵਾਲੇ ਜਿਹੜੇ ਫੜੇ ਜਾਂਦੇ ਨੇ ਉਹ ਵਿਚਾਰੇ ਮਿਡਲ ਕਲਾਸ ਜਾਂ ਉਦੋਂ ਘੱਟ ਕੁਐਸਟ ਵਾਲੇ ਬੰਦੇ ਹੁੰਦੇ ਨੇ ਅਤੇ ਉਹਨਾਂ ਤੋਂ ਡਰੱਗ ਮਨੀ ਦੀ ਰਿਕਵਰੀ ਜਿਹੜੀ ਹੈ ਉਹ
ਕੁਛ ਲੱਖ ਰੁਪਏ ਹੁੰਦੀ ਆ, ਉਹ ਕਰੋੜਾਂ ਰੁਪਏ ਤਾਂ ਕਦੇ ਵੀ ਨਹੀਂ ਹੋਏ ਹੈਗੇ। ਫਿਰ ਇਹਨਾਂ ਨੇ ਇੱਕ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਪ੍ਰੋਪਰਟੀ ਅਟੈਚ ਕਰਾਂਗੇ ਨਸ਼ਾ ਤਸਕਰਾਂ ਦੀ, ਉਹਨੂੰ ਇੱਕ ਵੱਡਾ ਕਦਮ ਦੱਸਿਆ ਗਿਆ ਸੀਗਾ। ਠੀਕ ਲੱਗਦਾ ਨਹੀਂ, ਹੋਣਾ ਚਾਹੀਦਾ ਜੀ, ਪਰ ਜੇ ਤੁਸੀਂ ਉਹਦੇ ਵੀ ਰਿਜ਼ਲਟ ਦੇਖੋ, ਪੂਰੇ 2023 ਸਾਲ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਨੇ ਰਿਪੋਰਟ ਜਾਰੀ ਕੀਤੀ, ਆਪਣਾ ਰਿਪੋਰਟ ਕਾਰਡ ਜਿਹਨੂੰ ਕਹਿੰਦੇ ਨੇ, ਉਹ ਕਹਿੰਦੇ ਸੀ 297 ਪ੍ਰੋਪਰਟੀਆਂ ਸੀਜ਼ ਕੀਤੀਆਂ, ਜ਼ਬਤ ਕੀਤੀਆਂ, ਉਹਨਾਂ ਦੀ ਜਿਹੜੀ ਕੁੱਲ ਕੀਮਤ ਆ 127 ਕਰੋੜ ਆ। ਬਸ 297 ਯਾਨੀ 300 ਪ੍ਰੋਪਰਟੀ 127 ਕਰੋੜ ਦੀ ਹੈ ਜੀ। ਉਹ ਵੀ ਇਹਦਾ ਮਤਲਬ ਕੋਈ ਵੱਡੀ ਮੱਛੀ ਦੀ ਤਾਂ ਹੈ ਨਹੀਂ ਗੀ ਜੀ, ਉਹ ਵੀ ਛੋਟੇ ਮੋਟੇ ਕਸਰਾਂ ਦੇ ਇਕੱਠਿਆ ਕਰਕੇ 300 ਬੰਦਿਆਂ ਦੀ ਪ੍ਰੋਪਰਟੀ ਦੀ ਵੈਲਿਊ ਇੰਨੀ ਕੁ ਬਣਦੀ ਹੈ। ਸੋ ਇਸੇ ਕਰਕੇ ਜਦੋਂ ਸੱਟ ਜਿਹੜੀ ਹੈ ਉਹ ਵੱਡੀ ਮੱਛੀ 'ਤੇ ਨਹੀਂ ਮਾਰੀ ਜਾਊਗੀ, ਛੋਟੇ ਜਿਹੜੇ ਵੇਚਣ ਵਾਲੇ ਬੰਦੇ ਨੇ ਜਿਹੜੇ ਉਹ ਫੜੇ ਜਾਣਗੇ, ਉਹ ਕਦੇ ਵੀ ਜਿਹੜਾ ਹੈ ਉਹ ਨਸ਼ੇ ਦਾ ਹਾਲੇ ਤੱਕ ਜਿਹੜੇ ਕਦਮ ਹੈ ਇਹਨਾਂ ਦੇ ਠੋਸ ਕਦਮ ਨਹੀਂ, ਔਰ ਕੋਈ ਵੈਲਿਡ ਕਦਮ ਨੇ ਜਿਹੜੇ ਉਹ ਨਹੀਂ ਹੈਗੇ ਨਸ਼ਾ ਰੋਕਣ ਦੇ ਲਈ। ਔਰ ਨੀਅਤ 'ਤੇ ਵੀ ਸ਼ੱਕ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਮੈਂ ਪਿਛਲੇ ਦਿਨੀ ਇੰਟਰਵਿਊ ਕੀਤੀ ਸਰਦਾਰ ਨਰਿੰਦਰ ਸਿੰਘ ਹੋਰਾਂ ਦੇ ਨਾਲ, ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਪਿਛਲੀ ਸਰਕਾਰ ਦੇ ਜਿਹੜੇ 40 MLA ਮੰਤਰੀ ਸੀਗੇ ਉਹ ਕਹਿੰਦੇ ਕਿ ਮਾਈਨਿੰਗ ਅਤੇ ਡਰੱਗ ਦੇ ਧੰਦੇ ਦੇ ਵਿੱਚ ਇਨਵੋਲਵ ਸੀ, ਉਹਦੇ ਬਾਰੇ ਸਰਕਾਰ ਨੂੰ ਪਤਾ ਵੀ ਹੈ, ਅਤੇ ਜੇ ਨਹੀਂ ਪਤਾ ਤਾਂ ਉਹ ਨਾ ਮੇਰੇ ਤੋਂ ਪੁੱਛ ਲੈਣ। ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਪੁੱਛਦੀ, ਕਿਉਂ ਨਹੀਂ ਕੋਈ ਕਾਰਵਾਈ ਕਰਦੀ, ਜਦਕਿ ਪੁਲਿਸ ਅਫਸਰਾਂ ਨੂੰ ਬਦਲ ਕੇ ਪੱਲਾ ਝਾੜਨ ਦੀ ਕੋਸ਼ਿਸ਼ ਹੈ? ਜੇ ਵਾਕਈ ਇਹ ਰੋਕਣਾ ਚਾਹੁੰਦੇ ਇਸ ਚੀਜ਼ ਨੂੰ ਔਰ ਬਾਕੀ ਵੱਡੀਆਂ ਮੱਛੀਆਂ ਨੂੰ ਫੜਨਾ ਚਾਹੁੰਦੇ ਆ, ਤਾਂ ਫਿਰ ਇਸ ਵਾਲੇ ਪਾਸੇ ਨੂੰ ਤੁਰਿਆ ਕਿਉਂ ਨਹੀਂ ਜਾ ਰਿਹਾ? ਦੇਖੋ ਉਹਦੇ ਵਿੱਚ ਵੀ ਜਿਹੜੀ ਗੱਲ ਬਿਲਕੁਲ ਤੁਸੀਂ ਕਹਿੰਦੇ ਹੋ, ਜਦ ਤੱਕ ਤੁਹਾਡੀ ਨੀਅਤ ਨਹੀਂ ਹੈਗੀ ਇਸ ਚੀਜ਼ ਨੂੰ ਰੋਕਣ ਦੀ ਕਿ ਠੋਸ ਕਦਮ ਉਠਾਉਣ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ, ਉਦੋਂ ਤੱਕ ਇਹਦਾ ਹੱਲ ਨਹੀਂ ਹੋਣਾ। ਜਿਹੜੀ ਤੁਸੀਂ ਨਿਰੰਜਨ ਸਿੰਘ ਦੀ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਨਾਮ ਪਏ ਨੇ, ਉਹਨਾਂ ਨੂੰ ਪੁੱਛਣ ਦੀ ਲੋੜ ਹੈ ਨਹੀਂ ਗੀ ਜੀ। ਉਹ ਅਮਰਿੰਦਰ ਸਿੰਘ ਨੇ ਜਦੋਂ ਜਾਣ ਵਾਲੀ ਉਹਨਾਂ ਦਾ ਟਾਈਮ ਸੀਗਾ, ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਿਆ ਗਿਆ, ਉਹਨਾਂ ਨੇ ਖੁਦ ਕਿਹਾ ਕਿ ਮੇਰੇ ਕੋਲ ਇਹਨਾਂ ਦੀਆਂ ਫਾਈਲਾਂ ਪਈਆਂ ਨੇ, ਜਿਹੜੇ ਮੇਰੇ MLA ਸੀ ਜਿਹੜੇ ਇਹਨਾਂ ਦੇ, ਜਾਂ ਮਿਨਿਸਟਰ ਸੀ ਜੋ ਇਹਨਾਂ ਹਰਕਤਾਂ ਦੇ ਵਿੱਚ ਲਿਪਤ ਨੇ, ਉਹ ਫਾਈਲਾਂ ਉਹ ਨਾਲ ਤਾਂ ਲੈ ਨਹੀਂ ਗਏ ਹੋਣਗੇ ਜੀ। ਮੇਰਾ ਖਿਆਲ ਤਾਂ ਸਰਕਾਰ ਦੇ ਸਕੱਤਰੇ 'ਚ ਹੀ ਹੁੰਦੀਆਂ ਨੇ ਫਾਈਲਾਂ, ਉਹ ਪ੍ਰੋਪਰਟੀ ਤਾਂ ਸਰਕਾਰ ਦੀ ਹੁੰਦੀ ਹੈ ਨਾ ਜੀ, ਉਹ ਕਿਸੇ ਨੂੰ ਪੁੱਛਣ ਕੀ ਜਾਣਾ ਹੈਗਾ? ਜੇ ਫੜਨੇ ਸੀ ਉਹਨਾਂ 'ਤੇ ਕਾਰਵਾਈ ਕਰਨੀ ਸੀ ਤਾਂ ਉੱਥੋਂ ਹੀ ਹੋ ਸਕਦੀ ਹੈ। ਦੂਜੀ ਗੱਲ ਜਿੱਥੇ ਜਿਹੜੀ ਤੁਸੀਂ ਨੀਅਤ ਦੀ ਕਰ ਰਹੇ ਹੋ, ਜਿਵੇਂ ਆਪਾਂ ਨੂੰ ਵੱਡੀ ਮੱਛੀ ਦੀ ਗੱਲ ਕਰ ਰਹੇ ਹਾਂ ਜੀ, ਸਰਗਣਾ ਵੱਡਾ ਜਿਹੜਾ ਹੈ ਉਹਦੀ ਗੱਲ ਕਰ ਰਹੇ ਹਾਂ, ਉਹਦੀ ਇਹਨਾਂ ਨੇ ਡੈਫੀਨੇਸ਼ਨ ਹੀ ਚੇਂਜ ਕਰ ਦਿੱਤੀ। ਪਹਿਲਾਂ ਜਦੋਂ ਆਪਾਂ ਕਹਿੰਦੇ ਹਾਂ ਕਿ ਬਹੁਤ 1000 ਕਰੋੜੀ ਇਹ ਧੰਦਾ ਹੈਗਾ ਜੀ, ਅਤੇ ਇਹਦੀ ਖੇਪ ਜਿਹੜੀ ਆ ਉਹ ਵੀ ਮਤਲਬ ਜੇ ਆਪਾਂ ਕਹੋ ਜੀ ਗੁਜਰਾਤ ਦੀ ਬੰਦਰਗਾਹ ਤੋਂ ਫੜੇ ਗਏ ਤਾਂ ਜੀ 1100 ਕਿਲੋ 1100 ਕਿਲੋ ਫੜੀ ਗਈ, ਅਤੇ ਇਹਨਾਂ ਨੇ ਡੈਫੀਨੇਸ਼ਨ ਰੱਖੀ ਆ ਵੀ ਜਿਹੜਾ 2 ਕਿਲੋ ਤੋਂ ਵੱਧ ਨਾਲ ਫੜਿਆ ਜਾਊਗਾ ਕੁਆਂਟਿਟੀ ਨਾਲ, ਉਹਨੂੰ ਵੱਡੀ ਮੱਛੀ ਮੰਨਿਆ ਜਾਊਗਾ, ਅਤੇ 1000 ਕਿਲੋਆਂ ਦੀ ਸਮਗਲਿੰਗ ਦੇ ਵਿੱਚੋਂ ਤੁਸੀਂ 2 ਕਿਲੋ ਵਾਲੇ ਨੂੰ ਵੀ ਫੜੋਗੇ, ਉਹ ਵੀ ਸ਼ਾਇਦ ਉਹਨੂੰ ਵੱਡੀ ਮੱਛੀ ਕਹਿ ਦੇਣਾ ਇੱਕ ਖਾਨਾ ਪੂਰਤੀ ਵਾਂਗੂ ਹੀ ਹੋਊਗਾ ਜੀ। ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਸਰਗਣਾ ਸੀ ਜਾਂ ਮੇਨ ਬੰਦਾ ਸੀ ਉਹਨੂੰ ਫੜ ਲਿਆ ਗਿਆ। ਹੁਣ ਫੜਿਆ ਰੋਕਿਆ ਕਿਵੇਂ ਜਾਵੇ, ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਵੱਡੀਆਂ ਗੱਡੀਆਂ ਐਂਬੂਲੈਂਸਾਂ ਹਾਂਜੀ ਰੋਕੀਆਂ ਜਾ ਰਹੀਆਂ, ਕਿਵੇਂ ਹੋਊਗਾ? ਦੇਖੋ ਵੈਸੇ ਤਾਂ ਜੀ 2 ਤਰੀਕੇ ਨੇ ਨਸ਼ੇ ਨਾਲ ਡੀਲ ਕਰਨ ਦੇ, ਇੱਕ ਤਾਂ ਹੈ ਜੀ ਉਹਦੀ ਵਿਕਰੀ ਨੂੰ ਰੋਕਿਆ ਜਾਵੇ, ਦੂਜਾ ਹੈ ਜਿਹੜਾ ਨਸ਼ਾ ਕਰਨ ਦਾ ਆਦੀ ਹੈ ਉਹਦੀ ਰੀਹੈਬਿਲੀਟੇਸ਼ਨ ਜਾਂ ਆਪਾਂ ਡੀ ਐਡਿਕਸ਼ਨ ਦੀ ਗੱਲ ਕਰੀਏ ਉਹ ਹੋਵੇ। ਆਪਾਂ ਪਹਿਲਾਂ ਤਾਂ ਰੋਕਥਾਮ ਦੀ ਹੀ ਗੱਲ ਕਰ ਰਹੇ ਹਾਂ ਕਿਉਂਕਿ ਮੇਜਰ ਰਿਸਪੋਂਸੀਬਿਲਟੀ ਰੋਕਥਾਮ ਦੀ ਜਿਹੜੀ ਹੈ ਉਹਦੀ ਹੀ ਗੱਲ ਹੁੰਦੀ ਹੈ, ਰੀਹੈਬਿਲੀਟੇਸ਼ਨ ਦੀ ਗੱਲ ਤਾਂ ਹਜੇ ਆਪਾਂ ਸ਼ਾਇਦ ਸਰਕਾਰ ਵਾਲੇ ਪੱਖੋਂ ਹੋ ਹੀ ਨਹੀਂ ਰਹੀ ਹੈਗੀ। ਜਿਵੇਂ ਆਪਾਂ ਕਹਿੰਦੇ ਜੀ ਕਿ ਪੁਲਿਸ ਨਾਕਾ ਲਾ ਕੇ, ਜਿੰਨੀ ਵੀ ਰਿਪੋਰਟ ਤੁਸੀਂ ਪੜ੍ਹੋ ਜਦੋਂ ਵੀ ਕੋਈ ਫੜਿਆ ਗਿਆ ਇਹ ਹੁੰਦਾ ਵੀ ਅਸੀਂ ਨਾਕਾ ਲਾਇਆ ਹੋਇਆ ਸੀ, ਸ਼ੱਕ ਦੇ ਆਧਾਰ 'ਤੇ ਅਸੀਂ ਉਹਨੂੰ ਰੋਕਿਆ, ਉਹ ਭੱਜਣ ਲੱਗਿਆ ਅਤੇ ਅਸੀਂ ਜਾਂ ਉਹਦੀ ਤਲਾਸ਼ੀ ਲਈ, ਉਹਦੇ ਵਿੱਚੋਂ ਨਸ਼ਾ ਇਹ ਬਰਾਮਦ ਹੋ ਗਿਆ ਜੀ। ਹੁਣ ਜਿੰਨੇ ਵੀ ਤਸਕਰ ਵੱਡੇ ਲਾ ਲਓ ਜੀ, ਉਹ ਵੱਡੀਆਂ ਗੱਡੀਆਂ ਦੀ ਕੋਈ ਘਾਟ ਨਹੀਂ ਹੈਗੀ ਜੀ, ਚਾਹੇ ਉਹ ਮਰਸਡੀਜ਼ ਨੇ, ਚਾਹੇ ਉਹ ਤੁਸੀਂ ਫੋਰਚੂਨਰਾਂ ਨੇ, ਚਾਹੇ ਉਹ ਅੰਡੈਵਰਾਂ ਨੇ ਜਾਂ SUVs ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ, ਜੇ ਕਰੋੜਾਂ ਦਾ ਵਪਾਰ ਕਰਦੇ ਹੋ ਤੁਸੀਂ, ਚਾਹੇ ਉਹ ਇਲੀਗਲ ਹੈ, ਤਾਂ ਕਰੋੜਾਂ ਦੀਆਂ ਗੱਡੀਆਂ
ਉਹਨਾਂ ਦੀ ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਨਹੀਂ ਹੋਣਗੀਆਂ ਉਹਨਾਂ ਕੋਲ ਜਾਂ ਅਵੇਲੇਬਿਲਟੀ ਨਹੀਂ ਹੋਊਗੀ। ਪਰ ਜੇ ਤੁਸੀਂ ਕਦੇ ਵੀ ਸੜਕ 'ਤੇ ਨਿਕਲੋ ਜੀ, ਤੁਸੀਂ ਨਾਕਾ ਲੱਗਿਆ ਦੇਖੋ, ਗੱਡੀ ਵੱਡੀ ਗੱਡੀ ਨੂੰ ਕਦੇ ਨਹੀਂ ਰੋਕਿਆ ਨਹੀਂ ਜਾਂਦਾ ਹੈਗਾ ਜੀ, ਰੋਕਿਆ ਜਾਂਦਾ ਹੈਗਾ ਜਾਂ ਤਾਂ ਉਹ ਦੇਖਿਆ ਜਾਂਦਾ ਵੀ ਆਹ ਮਾਤੜ ਭਾਈ ਜਾ ਰਿਹਾ ਹੈ, ਕੋਈ ਜਾ ਰਿਹਾ ਹੈਗਾ, ਇਹਨੂੰ ਰੋਕ ਲਓ, ਇਹਦੇ ਕੋਲ ਕਾਗਜ਼ ਨਹੀਂ ਹੋਣੇ, ਜਾਂ ਇਹ ਬਾਹਰਲੀ ਸਟੇਟ ਦਾ ਨੰਬਰ ਹੈ, ਪਲੇਟ ਹੈ, ਇਹਨੂੰ ਇੱਥੇ ਕੋਈ ਜਾਣਦਾ ਨਹੀਂ ਹੋਣਾ, ਇਹਨੂੰ ਰੋਕ ਲਓ ਤਾਂ ਕਿ ਜੋ ਵੀ ਉਹ ਫਟਾਫਟ ਸੌਦਾ ਪਾਣੀ ਆਪਣਾ ਕਰੂਗਾ ਅਤੇ ਜਾਊਗਾ। ਰਸਤੇ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਵੱਡੀਆਂ ਕਦੇ ਵੀ ਨਹੀਂ ਰੋਕੀਆਂ ਜਾਂਦੀਆਂ। ਦੂਸਰੀ ਗੱਲ ਆ ਕਿ ਮੈਂ ਇੱਕ ਗੱਡੀ 'ਚ ਜਾ ਰਿਹਾ ਹੈਗਾ ਜੀ, ਮੈਂ ਇੱਕ ਹੈਂਗਰ 'ਤੇ ਪੁਲਿਸ ਦੀ ਵਰਦੀ ਟੰਗ ਦਿੰਦਾ ਹੈਗਾ ਸਾਈਡ 'ਤੇ ਸ਼ੀਸ਼ੇ 'ਚ ਦਿਖਣ ਵਾਸਤੇ, ਜ਼ਰੂਰੀ ਤਾਂ ਨਹੀਂ ਹੈਗਾ ਕਿ ਮੈਂ ਪੁਲਿਸ ਅਫਸਰ ਹਾਂ ਜਾਂ ਮੇਰੀ ਗੱਡੀ ਪੁਲਿਸ ਅਫਸਰ ਦੀ ਹੀ ਹੈ ਜੀ। ਹਾਂ, ਲੇਕਿਨ ਉਹ ਟੰਗੀ ਹੋਊਗੀ ਤਾਂ ਮੈਨੂੰ ਕੋਈ ਹੱਥ ਨਹੀਂ ਦਊਗਾ ਜੀ। ਪੰਜਾਬ ਦੇ ਵਿੱਚ ਇਹ ਕੋਈ ਚੱਲ ਰਿਹਾ ਜੀ? ਇਹ ਤੁਸੀਂ ਕਿਸੇ ਸੜਕਾਂ 'ਤੇ ਜਾਓ, ਤੁਸੀਂ ਕਿਸੇ ਨਾਕੇ ਦੇ ਵਿੱਚੋਂ ਲੰਘੋ ਜੀ, ਤੁਹਾਨੂੰ ਆਮ ਦੇਖਣ ਨੂੰ ਮਿਲੂਗਾ ਜੀ ਇਹ ਵੀ ਗੱਡੀਆਂ ਪ੍ਰਾਈਵੇਟ ਗੱਡੀਆਂ, ਪ੍ਰਾਈਵੇਟ ਗੱਡੀ ਆ, ਉਹਦੇ ਵਰਦੀ ਟੰਗੀ ਹੋਈ ਹੈਗੀ ਆ ਜੀ। ਪ੍ਰਾਈਵੇਟ ਗੱਡੀ 'ਤੇ ਵਰਦੀ ਟੰਗੀ ਹੋਈ ਆ, ਉਹਨੂੰ ਰੋਕਣ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਕੋਈ ਪੁਲਿਸ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਜੇ ਬੰਦਾ ਪੁਲਿਸ ਦਾ ਹੋਊਗਾ ਉਹ ਆਪਣਾ ਸ਼ਨਾਖਤੀ ਕਾਰਡ ਦਿਖਾਊਗਾ, ਜਾ ਸਕਦਾ ਅੱਗੇ ਜੀ। ਯਾਨੀ ਪੰਜਾਬ ਦੇ ਵਿੱਚ ਵੀ ਇਹ ਕੁਝ ਚੱਲ ਰਿਹਾ ਵੀ ਪ੍ਰਾਈਵੇਟ ਗੱਡੀਆਂ 'ਚ ਮੰਗਰਲੀ ਵਰਦੀ ਟੰਗ ਕੇ ਹਾਂਜੀ ਤਾਂ ਤਸਕਰ ਇੱਦਾਂ ਹੀ ਲੰਘੀ ਜਾ ਰਿਹਾ ਨਾਕਿਆਂ ਤੋਂ। ਜਦੋਂ ਤੁਸੀਂ ਉਹਨੂੰ ਰੋਕ ਹੀ ਨਹੀਂ ਰਹੇ ਜੀ, ਤੁਹਾਨੂੰ ਕੀ ਪਤਾ ਉਹ ਤਸਕਰ ਹੈ ਜਾਂ ਨਹੀਂ ਹੈ, ਜਾਂ ਹੋ ਸਕਦਾ ਜੋ ਕਿੰਨੇ ਕਿਲੋ ਅੰਦਰ ਉਹਦੇ ਸਮਾਨ ਪਿਆ ਹੋਵੇ ਜੀ। ਇਹ ਤਾਂ ਹੈ ਨਹੀਂ ਗਾ ਕਿ ਝੋਲਾ ਟੰਗ ਕੇ ਕੋਈ ਤਸਕਰ ਜਿਹੜਾ ਹੈ ਉਹ ਨਿਕਲੂਗਾ ਜੀ। ਜੇ ਜਾਣਾ ਹੈ ਉਹਨੇ ਤਾਂ ਟਰਾਂਸਪੋਰਟ ਤਾਂ ਗੱਡੀਆਂ ਦੇ ਵਿੱਚ ਹੀ ਜਾਣਾ। ਹਾਂ, ਐਂਬੂਲੈਂਸ, ਉਹ ਵੀ ਸਰਕਾਰੀ ਗੱਡੀਆਂ ਲਾ ਲਓ, ਐਂਬੂਲੈਂਸ ਲਾ ਲਓ ਜੀ, ਉਹਨੂੰ ਕੋਈ ਰੋਕਦਾ ਨਹੀਂ ਹੈ ਜੀ, ਉਹਨੂੰ ਕੋਈ ਚੈੱਕ ਨਹੀਂ ਕਰਦਾ ਹੈ ਜੀ। ਉਹ ਸਿਰਫ ਇੱਕ ਖਾਨਾ ਪੂਰਤੀ ਹੁੰਦੀ ਹੈ, ਜਾਂ ਇਹ ਹੁੰਦਾ ਕਿ ਤੁਸੀਂ ਸਾਰੇ ਦਿਨ ਉੱਥੇ ਖੜ੍ਹੇ ਹੋ, ਦਿਹਾੜੀ ਫੂਕੀ ਆ ਅਤੇ ਦਿਹਾੜੀ ਬਣਾ ਲਓ। ਉਹ ਦਿਹਾੜੀ ਕਿੱਥੋਂ ਬਣਨੀ ਆ, ਉਹੀ ਆ ਕਿ ਜਿਹੜਾ ਜਿਹਨੂੰ ਕੋਈ ਜਾਣ ਪਛਾਣ ਨਹੀਂ ਹੈ, ਬਾਹਰਲਾ ਬੰਦਾ ਹੈ, ਜਾਂ ਜਿਹੜਾ ਕੋਈ ਬੰਦਾ ਬਹਿਸ ਕਰਨ ਦੇ ਐਂਬੂਲੈਂਸ ਨੂੰ ਤਾਂ ਤੁਹਾਡੇ ਮੇਰੇ ਵਰਗੇ ਵੀ ਅਗਲਾ ਛੇ ਦੀ ਰਾਹ ਦੇਣਾ, ਅਗਲਾ ਕਹਿੰਦਾ ਯਾਰ ਕੋਈ ਸ਼ਾਇਦ ਮਰੀਜ਼ ਹੈ ਜੀ। ਔਰ ਕਈ ਤੁਸੀਂ ਜੇ ਧਿਆਨ ਨਾਲ ਦੇਖੋ, ਐਂਬੂਲੈਂਸਾਂ ਇਹੋ ਜਿਹੀਆਂ ਹੁੰਦੀਆਂ ਨੇ, ਉਹਦੇ ਅੰਦਰ ਕੋਈ ਨਹੀਂ ਬੈਠਾ ਹੁੰਦਾ, ਲੇਕਿਨ ਹੂਟਰ ਲੱਗਿਆ ਹੁੰਦਾ ਅਤੇ ਉਹ ਭਜਾ ਕੇ ਲੈ ਕੇ ਜਾ ਰਹੇ ਹੁੰਦੇ ਨੇ। ਇਹ ਵੀ ਇੱਕ ਪਹਿਲੂ ਹੈਗਾ ਜੀ। ਇਹ ਚੀਜ਼ਾਂ ਦੇ ਉੱਪਰ ਸਖਤੀ ਨਾਲ ਜਿਹੜਾ ਪੇਸ਼ ਆਉਣ ਦੀ ਜ਼ਰੂਰਤ ਹੈਗੀ ਹੈ। ਹਾਂਜੀ ਬਿਲਕੁਲ ਜੀ। ਕੀ ਲੱਗਦਾ ਕਿ ਹੁਣ ਇਹ ਚੀਜ਼ਾਂ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਰਾਂ ਨੇ ਕੀਤੀਆਂ, ਅਤੇ ਇਹਨਾਂ ਨਾਲ ਤਾਂ ਕੋਈ ਜਿਵੇਂ ਆਪਾਂ ਹੁਣ ਗੱਲ ਦਾ ਨਿਚੋੜ ਕੱਢਿਆ, ਉਹਦਾ ਕੋਈ ਅਸਰ ਪੈਂਦਾ ਦਿਖਾਈ ਦੇ ਨਹੀਂ ਰਿਹਾ, ਅਤੇ ਕਰਨਾ ਕੀ ਚਾਹੀਦਾ ਸਰਕਾਰ ਨੂੰ ਕਿਸ ਤਰੀਕੇ ਦੇ ਨਾਲ? ਹਾਲਾਂਕਿ ਤਬਾਦਲੇ ਕਰਕੇ ਵੀ ਕੀ ਹੋਣਾ, ਡੀ ਜੀ ਪੀ ਤੁਸੀਂ ਆਪਦਾ ਕਾਰਜਕਾਰੀ ਲਾਈ ਬੈਠੇ ਹੋ ਅੱਜ ਤੱਕ, ਹਾਂਜੀ ਡੀ ਜੀ ਪੀ ਵੀ ਨਹੀਂ ਤੁਸੀਂ ਪੱਕਾ ਲਾ ਨਹੀਂ ਸਕੇ, ਤਾਂ ਫਿਰ ਤੁਸੀਂ ਉੱਪਰਲੇ ਅਫਸਰਾਂ ਦੀਆਂ ਵੀ ਜਿਹੜੀਆਂ ਗੱਲਾਂ ਤੁਸੀਂ ਦੱਸਦੀਆਂ ਨੇ ਸਾਰਾ ਦੱਸਤਾ ਕਿ ਕਿਵੇਂ ਕਿਵੇਂ ਕਿੱਥੇ ਕਿੱਥੇ ਪੁਲਿਸ ਤੈਨਾਤ ਆ, ਫਿਰ ਕਿਵੇਂ ਲੋਕ ਸੁਰੱਖਿਅਤ ਮਹਿਸੂਸ ਕਰਨਗੇ, ਕਿਵੇਂ ਆਪਦੇ ਧੀ ਪੁੱਤ ਲੋਕ ਜਿਹੜੇ ਆ ਸੁਰੱਖਿਅਤ ਮਹਿਸੂਸ ਕਰਨਗੇ? ਤਾਂ ਫਿਰ ਹਲੇ ਇਹ ਕਹਿੰਦੇ ਆ ਕਿ ਹਲੇ ਅਸੀਂ ਬਾਹਰ ਜਾਣ ਤੋਂ ਮੁੰਡੇ ਰੋਕ ਲਾਂਗੇ, ਕੁੜੀਆਂ ਰੋਕ ਲਾਂਗੇ, ਬਾਹਰਲੇ ਵਾਪਸ ਮੁੜ ਆਉਣਗੇ, ਹਾਲਾਤ ਤਾਂ ਇਹ ਬਣਿਆ ਤਾਂ ਫਿਰ ਆਉਣਗੇ ਕਿਵੇਂ? ਔਰ ਦੂਜੀ ਗੱਲ, ਲੋਅ ਐਂਡ ਆਰਡਰ ਦੀ ਜਿਹੜੀ ਆਪਾਂ ਮੇਨ ਗੱਲ ਕਰ ਰਹੇ ਸੀ ਹੁਣ ਅਗਲੇ ਨਸ਼ਿਆਂ ਤੋਂ ਅੱਗੇ ਵਧੀਏ, ਤਾਂ ਇਨਵੈਸਟਮੈਂਟ ਕਹਿੰਦੇ ਪੰਜਾਬ ਦੇ ਵਿੱਚ ਬੜੀ ਆ ਰਹੀ ਹੈ, ਜਦਕਿ ਆਈ ਕੋਈ ਹੈ ਨਹੀਂ, ਕਰਜ਼ਾ ਲੈਣਾ ਪੈ ਰਿਹਾ, ਇਨਵੈਸਟਮੈਂਟ ਆ ਨਹੀਂ ਰਹੀ, ਜਿਹਦੇ ਕਰਕੇ ਰੁਜ਼ਗਾਰ ਵੀ ਪੈਦਾ ਜਿਹੜਾ ਉਹ ਨਹੀਂ ਹੋ ਰਿਹਾ, ਔਰ ਪੰਜਾਬ ਦਾ ਇਨਵੈਸਟਰ ਜਿਹੜਾ ਉਹ ਯੂਪੀ ਵਰਗੇ ਜਿਹੜੇ ਸੂਬਿਆਂ ਦੇ ਵਿੱਚ ਜਾ ਰਿਹਾ, ਔਰ ਇਹਨਾਂ ਦੇ ਆਪਦੇ ਰਾਜ ਸਭਾ ਮੈਂਬਰਾਂ ਨੇ ਵੀ ਬਾਹਰਲੇ ਸੂਬਿਆਂ ਜਾ ਕੇ ਇਨਵੈਸਟਮੈਂਟ ਕੀਤੀ ਹੈ, ਅਤੇ ਪੰਜਾਬ ਦੇ ਹਾਲਾਤ ਤਾਂ ਇਸ ਕਦਰ ਬਣੇ ਹੋਏ ਆ। ਦੇਖੋ, ਜਿਹੜਾ ਤੁਸੀਂ ਲੋਅ ਐਂਡ ਆਰਡਰ ਦੀ ਗੱਲ ਕਰਦੇ ਹੋ ਜੀ, ਨਸ਼ਾ ਉਹਦਾ ਇੱਕ ਪਹਿਲੂ ਹੈ, ਆਪਾਂ ਇਹ ਗੱਲ ਕੀਤੀ, ਲੇਕਿਨ ਉਹਦੇ ਹੋਰ ਜਿਹੜੇ ਅਸਰ ਨੇ ਲੋਅ ਐਂਡ ਆਰਡਰ 'ਤੇ ਕੀ ਪੈ ਰਹੇ ਨੇ ਜੀ? ਜੇ ਤੁਸੀਂ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਖਬਰਾਂ ਸੁਣੀਆਂ ਹੋਣ ਜੀ ਗੁੰਡਾਗਰਦੀ ਦੀਆਂ, ਕਿ 20-25 ਬੰਦਿਆਂ ਦਾ ਟੋਲਾ ਜਿਹੜਾ ਕਿਸੇ ਦੇ ਘਰ ਵੜ ਗਿਆ, ਅਤੇ ਉਹਨੇ ਸਾਰੇ ਘਰ ਦੀ ਭੰਨਤੋੜ ਕਰਤੀ, ਗੱਡੀਆਂ ਸ਼ੀਸ਼ੇ ਜੋ ਵੀ ਘਰ ਦਾ ਸਮਾਨ ਹੈ ਉਹ ਭੰਨਤੋੜ ਕਰਕੇ ਚਲੇ ਗਏ ਜੀ। ਇਹ ਕਦੇ ਪਹਿਲਾਂ ਤੁਸੀਂ ਪੰਜਾਬ 'ਚ ਸੁਣਿਆ ਨਹੀਂ ਸੀਗਾ, ਕਈ ਜਿਸ ਦੀ ਰੰਜਿਸ਼ ਆ ਉਹਨੇ ਕਿਸੇ ਨੂੰ ਡਰਾਉਣਾ ਗਾਲਾਂ ਗੁਲਾਂ ਕੱਢਣਾ ਤੱਕ ਤਾਂ ਸੁਣਿਆ ਸੀ, ਬਟ 20-25 ਬੰਦਿਆਂ ਦਾ ਆ ਕੇ ਸਾਰਾ ਘਰ ਭੰਨ ਜਾਣਾ, ਇਹ ਕਦੇ ਇੱਥੇ ਆਪਾਂ ਦੇਖਿਆ ਨਹੀਂ ਸੀਗਾ। ਪਹਿਲਾਂ ਹੁੰਦਾ ਸੀਗਾ ਵੀ ਰਾਹ 'ਚ ਸੜਕ 'ਤੇ ਤੁਰੇ ਜਾਂਦੇ ਜਾਂ ਬਾਜ਼ਾਰ 'ਚ ਕਿਸੇ ਦੀ ਚੇਨੀ ਜਾਂ ਵਾਲੀਆਂ ਜਿਹੜੀਆਂ ਨੇ ਉਹ ਖੋਲੀਆਂ ਜੀ। ਹੁਣ ਇਹ ਹੋ ਗਿਆ ਕਿ ਲੋਕ ਪਤਾ ਪੁੱਛਣ ਦਾ ਬਹਾਨਾ ਜਾਂ ਆਪਣਾ ਬੈੱਲ ਮਾਰ ਕੇ ਤੁਹਾਡੇ ਘਰ ਅੰਦਰ ਵੜ ਕੇ ਕੋਈ ਬਜ਼ੁਰਗ ਬੈਠਾ ਘਰ ਦੇ ਅੰਦਰੋਂ ਆ ਕੇ ਖੋਹ ਕੇ ਲੈ ਕੇ ਜਾ ਰਹੇ ਨੇ ਜੀ।
ਅੱਜ ਸਵੇਰ ਦੀ ਕਿਸੇ ਦੀ ਹੈ ਵੀ 4:30 ਦੇ ਕਿਸੇ ਦਰਵਾਜ਼ਾ ਖੜਕਾ ਕੇ ਅਤੇ 2 ਕਰੋੜ ਰੁਪਇਆ ਕਿਸੇ ਦੇ ਘਰੋਂ ਲੁੱਟ ਕੇ ਲੈ ਗਏ ਜੀ। ਸੋ ਇਹ ਜਿਹੜਾ ਲੋਅ ਐਂਡ ਔਰਡਰ ਹੈ ਇਹ ਨਸ਼ੇ ਦੇ ਨਾਲ ਹੀ ਜੁੜਿਆ ਹੋਇਆ ਹੈ ਜੀ। ਉਹ ਲੋਅਰ ਲੈਵਲ ਦੇ ਨੌਕਰੀ ਉਹਨਾਂ ਕੋਲ ਹੈ ਨਹੀਂ ਗੀ, ਆਸਾਨ ਤਰੀਕਾ ਇਹ ਹੈ ਵੀ ਕਿਸੇ ਤੋਂ ਖੋਲੋ, ਨਸ਼ੇ ਦੀ ਪੂਰਤੀ ਕਰ ਲਓ, ਫਿਰ 2-4 ਹਫ਼ਤੇ ਬਾਅਦ ਜਦੋਂ ਉਹ ਪੈਸੇ ਮੁੱਕ ਗਏ ਫਿਰ ਨਵਾਂ ਕੋਈ ਵਾਕਾ ਕਰ ਦਿਉ, ਫਿਰ ਤੁਹਾਡੇ ਨਸ਼ੇ ਦੀ ਉਨੀ ਜਿਹੜੀ ਆ ਪੂਰਤੀ ਹੋ ਜਾਂਦੀ ਹੈ। ਅਤੇ ਇਸ ਸਰਕਲ ਦੇ ਉੱਤੇ ਲੋਕ ਲੱਗੇ ਹੋਏ ਨੇ ਜੀ, ਲੱਗੇ ਹੋਏ ਆ। ਅਤੇ ਇਹ ਰੋਕਿਆ ਕਿਵੇਂ ਜਾਊਗਾ? ਰੋਕਿਆ ਜੀ, ਇੱਕ ਤਾਂ ਇਹ ਆ ਜਿਹੜੀ ਆਪਾਂ ਪ੍ਰਸ਼ਾਸਨਿਕ ਸਖਤੀ ਦੀ ਗੱਲ ਕਰ ਰਹੇ ਹਾਂ ਜੀ, ਕਿ ਉਹ ਆਪਾਂ ਆਲਰੇਡੀ ਡਿਸਕਸ ਕਾਫੀ ਹੱਦ ਤੱਕ ਕਰ ਚੁੱਕੇ ਹਾਂ ਜੀ। ਦੂਜਾ ਇਹ ਡੀ ਐਡਿਕਸ਼ਨ ਦੀ ਜਿਹੜੀ ਗੱਲ ਹੁੰਦੀ ਹੈ ਜੀ, ਡੀ ਐਡਿਕਸ਼ਨ ਦੇ ਨਾਮ ਦੇ ਉੱਤੇ ਵੀ ਆਪਣੇ ਜਿੰਨੇ ਵੀ ਸੈਂਟਰ ਨੇ ਚਾਹੇ ਉਹ ਸਰਕਾਰੀ ਨੇ, ਉਹਨਾਂ ਦੇ ਵਿੱਚ ਇੱਕ ਗੋਲੀ ਹੈ ਜੀ, ਉਹ ਐਡਨੋਕ ਹੈ ਜੀ, ਐਡਨੋਕ। ਹਾਂ, ਪਹਿਲਾਂ ਇੱਕ ਬਿਫਰੋ ਨਿਊਫੈਰਿਕ ਸੀਗੀ ਸ਼ਾਇਦ ਗੋਲੀ, ਉਹ ਵੀ ਹੈਗੀ ਸੀ 70 ਰੁਪਏ ਦੀ ਗੋਲੀ ਜਿਹੜੀ ਆ, ਪਹਿਲਾਂ ਮੁਫ਼ਤ ਦਿੰਦੇ ਸੀ ਫਿਰ 70 ਰੁਪਏ ਦੀ ਵੇਚਣ ਲੱਗ ਗਏ ਜੀ। ਉਹ ਇੱਕ ਗੋਲੀ ਦਿੱਤੀ ਜਾਂਦੀ ਹੈ ਜੀ, ਹੋਰ ਉਹਦਾ ਕੋਈ ਇਹਨੂੰ ਇਹ ਨਹੀਂ ਲੈਣਾ, ਜਦਕਿ ਨਸ਼ਾ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਮਾਨਸਿਕ ਸਮੱਸਿਆ ਹੈ ਜੀ। ਉਹਦੇ ਲਈ ਮਾਨਸਿਕ ਜਿਹੜੇ ਡਾਕਟਰ ਨੇ ਜਾਂ ਤੁਹਾਡੇ ਸਲਾਹਕਾਰ ਨੇ, ਉਹਨਾਂ ਦੀ ਕਾਉਂਸਲਿੰਗ ਹੈ, ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਨਸ਼ੇ ਦੇ ਜਿਹੜਾ ਆਦੀ ਹੈ ਉਹਨੂੰ ਬਾਹਰ ਕੱਢਣ ਦੇ ਵਿੱਚ ਜੀ। ਉਹ ਆਪਣੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ ਕਿਤੇ ਵੀ ਜੀ। ਜਿਹੜੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਬਹੁਤ ਖੁੱਲ੍ਹੇ ਹੋਏ ਨੇ ਜੀ, ਉਹਨਾਂ ਦਾ ਕੰਮ ਕੀ ਆ, ਉਹ ਪੈਸੇ ਮੋਟੇ ਚਾਰਜ ਕਰਦੇ ਨੇ ਜੀ, ਲੇਕਿਨ ਉਹ ਤੁਹਾਨੂੰ ਫੜ ਕੇ ਧੱਕੇ ਨਾਲ ਅੰਦਰ ਰੱਖਦੇ ਨੇ, ਬੰਧਕ ਬਣਾ ਕੇ ਰੱਖਦੇ ਨੇ। ਉੱਥੇ ਵੀ ਡਾਕਟਰੀ ਸਹੂਲਤਾਂ ਹੈ ਨਹੀਂ ਗੀਆਂ, ਉਹ ਸਿਰਫ ਇਹ ਕਿ ਇੰਨੇ ਟਾਈਮ 3 ਮਹੀਨੇ ਨਸ਼ਾ ਨਾ ਦਿਉ, ਸ਼ਾਇਦ ਦਾ ਨਸ਼ਾ ਛੁੱਟ ਜੇ ਜੀ। ਉਸ ਤੋਂ ਬਾਅਦ ਇੱਕ ਆਪਾਂ ਪਹਿਲ ਜਿਹੜੀ ਆਪਾਂ ਕਹਿੰਦੇ ਹਾਂ ਜੀ ਕਿ ਪੰਥਕ ਲੋਕ ਜਿਹੜੇ ਨੇ ਉਹ ਨਸ਼ਾ ਛਡਾਉਣ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕਰਨ ਦੀ ਗੱਲ ਕਰ, ਚਾਹੇ ਉਹ 'ਚ ਅੰਮ੍ਰਿਤਪਾਲ ਸਿੰਘ ਦਾ ਵੀ ਨਾਮ ਆ ਜਾਂਦਾ ਕਿ ਉਹਨਾਂ ਨੇ ਬੜਾ ਕੰਮ ਕੀਤਾ ਜੀ। ਉਹ ਸ਼ਾਇਦ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਕਿਉਂਕਿ ਧਾਰਮਿਕ ਮਸਲਾ ਆ ਜਾਂਦਾ ਤਾਂ ਆਪਣੇ ਲੋਕ ਰਿਐਕਟ ਜ਼ਿਆਦਾ ਕਰ ਜਾਂਦੇ ਨੇ, ਪਰ ਸਿਰਫ ਇਹ ਕਹਿ ਦੇਣਾ ਕਿ ਕਿਸੇ ਨੂੰ ਅੰਮ੍ਰਿਤ ਛਕਾਤਾ ਅਤੇ ਉਹ ਨਸ਼ਾ ਛੱਡ ਦੂਗਾ, ਇਹ ਹੋਣਾ ਬਹੁਤ ਔਖਾ ਹੈ ਜੀ। ਨਸ਼ਾ ਛਡਾਉਣ ਵਾਸਤੇ ਤੁਹਾਨੂੰ 5-6 ਮਹੀਨੇ ਜਾਂ ਬੜਾ ਲੰਬਾ ਟਾਈਮ ਲੱਗਦਾ, ਉਹਦੀ ਇੱਕ ਪ੍ਰੋਸੈਸ ਹੈ, ਉਹਦੇ ਨਾਲ ਹੀ ਜਿਹੜਾ ਬੰਦਾ ਇਸ ਤੋਂ ਬਾਹਰ ਆ ਸਕਦਾ। ਉਹਨੂੰ ਸਿਰਫ ਇੱਕ ਆਪਾਂ ਇਹ ਕਹਿ ਦੇਣਾ ਕਿ ਸਿਰਫ ਅੱਜ ਮੈਂ ਇਹਨੂੰ ਅੰਮ੍ਰਿਤ ਛਕਾਤਾ ਅਤੇ ਇਹ ਸਾਰਾ ਕੁਛ ਛੱਡ ਕੇ ਅਗਲੇ ਦਿਨ ਗੁਰੂ ਦੇ ਲੜ ਲੱਗ ਜਾਊਗਾ, ਇਸ ਤਰ੍ਹਾਂ ਇੰਨਾ ਸੌਖਾ ਜਿੰਨਾ ਕਿਹਾ ਜਾਂਦਾ ਉਹਨਾਂ ਹੈ ਨਹੀਂ ਗਾ ਜੀ। ਸੋ ਉੱਥੇ ਵੀ ਤੁਹਾਨੂੰ ਇੱਕ ਮਤਲਬ ਬਹੁਤ ਸੋਚ ਸਮਝ ਕੇ, ਬਹੁਤ ਭਾਵਨਾਤਮਕ ਤੌਰ 'ਤੇ ਆਪਾਂ ਜ਼ਰੂਰ ਕਹਿ ਦਿੰਦੇ ਕਿ ਹਾਂ ਬੜੀ ਚੰਗੀ ਗੱਲ ਹੈ ਜੀ, ਬਟ ਉਹਦੇ ਰਿਜ਼ਲਟ ਉਸ ਤਰੀਕੇ ਨਾਲ ਹਾਲੇ ਤਾਂ ਜੋ ਕੁਝ ਚੱਲ ਰਿਹਾ ਜੇ ਨਹੀਂ ਫਿਰ ਰੋਕਥਾਮ ਵਾਲੇ ਪਾਸੇ ਨੂੰ ਸਰਕਾਰ ਦਾ ਕੋਈ ਠੋਸ ਕਦਮ ਹੈ? ਦੋਨੇ ਪਾਸੇ ਨਹੀਂ ਹੈ ਜੀ, ਨਾ ਉਹਨੂੰ ਉਹਦੀ ਵਿਕਰੀ ਨੂੰ ਰੋਕ ਪਾਸੇ ਆ, ਨਾ ਉਹਨੂੰ ਜਿਹੜਾ ਹੈ ਕਾਉਂਸਲਿੰਗ ਜਾਂ ਉਹਨੂੰ ਬੱਚਿਆਂ ਨੂੰ ਬਾਹਰ ਕੱਢਣ ਵਾਲੇ ਪਾਸੇ, ਦੋਨੇ ਪਾਸੇ ਨਹੀਂ ਹੈ ਜੀ। ਇਹ ਕਾਰਨ ਇੱਕ ਇਹ ਵੀ ਹੋ ਸਕਦਾ ਕਿ ਪੁਲਿਸ ਨੂੰ ਜਿਸ ਤਰੀਕੇ ਦੇ ਨਾਲ ਖੁੱਲ੍ਹੇ ਤੌਰ 'ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਜਾਂ ਪੁਲਿਸ ਨੂੰ ਜਿਸ ਤਰੀਕੇ ਨਾਲ ਦਬਾਅ ਦੇ ਤਹਿਤ ਕੰਮ ਕਰਵਾਇਆ ਜਾ ਰਿਹਾ, ਕਿਉਂਕਿ ਪਹਿਲੀ ਆਪਣੀ ਇਹ ਗੱਲ ਹੁੰਦੀ ਹੈ ਕਿ ਜਦੋਂ ਕੋਈ ਮੁੱਖ ਮੰਤਰੀ ਬਣਦਾ ਫਿਰ ਇਹ ਹੁੰਦੀ ਆ ਵੀ ਗ੍ਰਹਿ ਮੰਤਰੀ ਕੌਣ ਬਣਦਾ, ਕਹਿੰਦੇ ਹੁੰਦੇ ਵੀ ਜਿਹਦੇ ਕੋਲ ਪੁਲਿਸ ਹੈ ਉਹੀ ਅਸਲੀ ਮੁੱਖ ਮੰਤਰੀ ਆ, ਜਾਂ ਜਿਵੇਂ ਦਿੱਲੀ ਦੇ ਵਿੱਚ ਪੁਲਿਸ ਸਰਕਾਰ ਕੋਲ ਹੈ ਨਹੀਂ ਗੀ ਤਾਂ ਉਹਦਾ ਰਾਜ ਹੀ ਨਹੀਂ ਜਿਹੜਾ ਉਹ ਮੰਨਿਆ ਜਾਂਦਾ। ਤਾਂ ਇੱਕ ਤਰੀਕੇ ਨਾਲ ਜਿਸ ਤਰੀਕੇ ਨਾਲ ਪੁਲਿਸ ਨੂੰ ਦਬਾ ਕੇ ਰੱਖਿਆ ਜਾ ਰਿਹਾ ਹਰ ਸਰਕਾਰ ਦੇ ਵੱਲੋਂ ਜਾਂ ਇਸ ਸਰਕਾਰ ਦੇ ਵੱਲੋਂ ਵੀ ਪੁਲਿਸ ਨੂੰ ਖੁੱਲ੍ਹ ਕੇ ਨਾ ਕੰਮ ਕਰਨ ਦੇਣਾ ਵੀ ਇੱਕ ਕਾਰਨ ਹੈਗਾ ਕਿ ਪੁਲਿਸ ਦਬਾਅ ਦੇ ਤਹਿਤ ਕੰਮ ਕਰ ਰਹੀ ਹੈ ਔਰ ਫੜ ਕੇ ਬਾਅਦ 'ਚ ਲਿਆਉਂਦੇ ਆ ਛਿੜਾ ਪਹਿਲਾਂ ਲੈਂਦੇ ਆ? ਨਹੀਂ, ਉਹਦੇ ਵਿੱਚ ਇੱਕ ਹੋਰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਟੌਪ ਹੈਵੀ ਦੀ, ਅਫਸਰ ਹੀ ਤੁਹਾਡੇ ਕੋਲ ਇੰਨੇ ਨੇ ਉਹਨੂੰ ਕਿਹੜੇ ਬੰਦੇ ਨੂੰ ਕਿਹੜੀ ਪੋਸਟਿੰਗ ਦਿਓਗੇ, ਉੱਥੇ ਦੀ ਆਪਸੀ ਲੜਾਈ ਜਾਂ ਉੱਥੇ ਫੇਵਰ ਲੈਣਾ, ਜਾਂ ਉਹ ਵੀ ਇੱਕ ਬਹੁਤ ਵੱਡਾ ਹੈ ਕਿ ਇੱਕੋ ਪੋਸਟ ਵਾਸਤੇ ਤੁਹਾਡੇ ਕੋਲ 4-4, 5-5, 6-6 ਉਮੀਦਵਾਰ ਬੈਠੇ ਨੇ ਆਲਰੇਡੀ, ਜਿਹੜੇ ਉਹ ਪੋਸਟ ਵਾਸਤੇ ਕੁਛ ਵੀ ਕਰਨ ਨੂੰ ਤਿਆਰ ਨੇ ਜੀ। ਉਹ ਵੀ ਇੱਕ ਬਹੁਤ ਵੱਡਾ ਫੈਕਟਰ ਹੈਗਾ ਕਿ ਜੇ ਤੁਹਾਡੇ ਕੋਲ ਇੰਨੇ ਬੰਦੇ ਅਵੇਲੇਬਲ ਨੇ, ਉਹ ਕਹਿੰਦਾ ਤੁਸੀਂ ਕੋਈ ਗੱਲ ਨਹੀਂ ਇਹਨੂੰ ਛੱਡੋ ਜੀ ਮੈਨੂੰ ਲਾਓ ਮੈਂ ਕਰਕੇ ਦਿਖਾਉਣਾ ਹੈਗਾ ਤੁਹਾਨੂੰ, ਲੇਕਿਨ ਉਹਦਾ ਗਰਾਊਂਡ 'ਤੇ ਰਿਜ਼ਲਟ ਜਿਹੜਾ ਹੈ ਉਹ ਨਹੀਂ ਆ ਰਿਹਾ ਹੈਗਾ, ਨਹੀਂ ਆ ਰਿਹਾ। ਸਰਕਾਰ ਜੇ ਇਸ
ਚੀਜ਼ ਨੂੰ ਸੀਰੀਅਸ ਲੈ ਕੇ ਚੱਲਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਨਹੀਂ ਹੋ ਸਕਦਾ ਕਿ ਸਰਕਾਰ ਸੀਰੀਅਸ ਹੋ ਜਾਵੇ, ਪੁਲਿਸ ਸੀਰੀਅਸ ਹੋ ਜਾਵੇ ਅਤੇ ਨਸ਼ਾ ਜਿਹੜਾ ਉਹ ਬੰਦ ਨਾ ਹੋਵੇ। ਸਰਕਾਰ ਤਾਂ ਸੀਰੀਅਸ ਹੈ ਹੀ ਨਹੀਂ, ਇਹਦਾ ਸਬੂਤ ਉਹਨਾਂ ਦੇ ਆਪਣੇ ਐੱਮ ਐੱਲ ਏ ਦੇ ਰਹੇ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਤੁਹਾਨੂੰ ਚੇਤਾ ਸਵਾਲ ਚੁੱਕਿਆ, ਉਹਨਾਂ ਨੇ ਕਿਹਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਕੁਝ ਇਹੋ ਜਿਹੇ ਅਫਸਰ ਹੈ ਜਿਨ੍ਹਾਂ ਨੂੰ ਰਾਘਵ ਚੱਡਾ ਹੋਰਾਂ ਨੇ ਲਵਾਇਆ ਹੋਇਆ ਔਰ ਉਹ ਜਿਹੜਾ ਸ਼ਰੇਆਮ ਇੱਥੇ ਨਸ਼ਾ ਵਿਕਾ ਰਹੇ ਆ, ਔਰ ਉਹ ਵੀ ਹਾਇਰ ਰੈਂਕ ਆ ਜਿਵੇਂ ਤੁਸੀਂ ਦੱਸ ਰਹੇ ਹੋ, ਇੰਸਪੈਕਟਰ ਲੈਵਲ ਤੋਂ ਉੱਪਰਲੇ ਲੋਕ ਨੇ ਔਰ ਉਹਦੇ ਵਿੱਚ ਪੋਲੀਟੀਸ਼ੀਅਨ ਵੀ ਨੇ, ਔਰ ਸਰਕਾਰ ਨੂੰ ਉਹਨਾਂ ਦੀ ਜਿਵੇਂ ਆਪਾਂ ਨਰਿੰਦਰ ਸਿੰਘ ਹੋਰਾਂ ਦੀ ਗੱਲ ਕਰ ਰਹੇ ਹਾਂ ਕਿ ਨਰਿੰਦਰ ਸਿੰਘ ਹੋਰਾਂ ਦੀਆਂ ਕਈਆਂ ਗੱਲਾਂ 'ਤੇ ਗੌਰ ਕਰ ਲੈਣੀ ਚਾਹੀਦੀ ਹੈ, ਤਾਂ ਨਰਿੰਦਰ ਸਿੰਘ ਹੋਰਾਂ ਦੇ ਭਲਾ ਬਾਅਦ 'ਚ ਕਰ ਲੈਣ ਗੌਰ, ਆਪਣੇ ਐੱਮ ਐੱਲ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਕਈ ਗੱਲ 'ਤੇ ਜਿਹੜੇ ਗੌਰ ਫਰਮਾ ਲੈਣ, ਪੁਲਿਸ ਅਫਸਰ ਚੱਕ ਲੈਣ, ਰਾਘਵ ਚੱਡੇ ਨੂੰ ਵੀ ਚੱਕਣਾ ਚਾਹੀਦਾ, ਪੁੱਛਣਾ ਚਾਹੀਦਾ ਕਿ ਦੱਸੋ ਭਾਈ ਕੀ ਚੱਲ ਕੀ ਰਿਹਾ ਇਹ। ਬਿਲਕੁਲ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਨਾ ਜੀ, ਸਰਕਾਰ ਜਿਹੜੀ ਆ ਉਹ ਸਵਾਲਾਂ ਤੋਂ ਉੱਪਰ ਹਮੇਸ਼ਾ ਹੋਣੀ ਰਹਿਣੀ ਚਾਹੀਦੀ ਹੈ ਜੀ, ਹਮੇਸ਼ਾ ਸਵਾਲਾਂ ਤੋਂ ਉੱਪਰ ਰਹਿਣੀ ਚਾਹੀਦੀ ਹੈਗੀ ਆ। ਜਦੋਂ ਤੁਸੀਂ ਜਿਵੇਂ ਕਹਿ ਰਹੇ ਹੋ ਆਪਣੇ ਐੱਮ ਐੱਲ ਏ ਤੁਹਾਡੇ 'ਤੇ ਸਵਾਲ ਚੱਕਦੇ ਨੇ, ਜਾਂ ਆਪਾਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰੀਏ, ਉਹਨਾਂ ਨੇ ਬਾਏ ਨੇਮ ਅਫਸਰਾਂ ਦੇ ਨਾਮ ਲਏ ਨੇ ਅਤੇ ਰਾਘਵ ਚੱਡਾ ਨਾਲ ਵੀ ਬਾਏ ਨੇਮ ਗੱਲ ਕੀਤੀ ਹੈਗੀ ਆ ਜੀ, ਤਾਂ ਉਹ ਵਾਕਈ ਸਵਾਲ ਕਿਸੇ ਨੇ ਅੱਜ ਤੱਕ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਜੀ। ਜੇ ਕਿਸੇ ਨੇ ਐਕੁਜ਼ੀਸ਼ਨ ਲਾਈ ਹੈ ਜੀ, ਕਿਸੇ ਨੇ ਸਵਾਲ ਚੱਕੇ ਨੇ, ਤਾਂ ਉਹਨਾਂ ਤੋਂ ਪੁੱਛਤਾਛ ਹੋਣੀ ਲਾਜ਼ਮੀ ਸੀਗੀ, ਜਾਂ ਤਾਂ ਉਹਨੂੰ ਤੁਸੀਂ ਕਲੀਨ ਚਿੱਟ ਦਿਓ ਜਾਂ ਉਹ 'ਤੇ ਕਾਰਵਾਈ ਕਰੋ। ਇਹ ਆਮ ਇੱਕ ਆਪਣਾ ਐੱਮ ਐੱਲ ਏ ਸਵਾਲ ਚੁੱਕ ਰਿਹਾ ਅਫਸਰਾਂ ਦੇ ਉੱਪਰ ਤੁਸੀਂ, ਔਰ ਉਹ ਅਫਸਰ ਹਲੇ ਵੀ ਉਹਨਾਂ ਪੋਸਟਿੰਗਾਂ 'ਤੇ ਹੀ ਬੈਠੇ ਹੋਏ ਆ ਲੰਬੇ ਲੰਬੇ ਸਮੇਂ। ਮੈਂ ਤੁਹਾਨੂੰ ਹਾਲਾਤ ਦਾ ਕੀ ਬਣੇ ਹੋਏ ਨੇ ਜੀ ਉਹਦਾ ਇੱਕ ਐਗਜ਼ਾਮਪਲ ਦੇ ਤੌਰ 'ਤੇ ਇੱਕ ਦੱਸ ਰਿਹਾ ਹੈਗਾ ਜੀ। ਪਿਛਲੇ 2-3 ਦਿਨ ਦੀ ਗੱਲ ਹੀ ਹੈ, ਚੀਫ ਮਿਨਿਸਟਰ ਭਗਵੰਤ ਮਾਨ ਨੇ ਇੱਕ ਅਨਾਊਂਸਮੈਂਟ ਕੀਤੀ ਸੀਗੀ ਕਿ ਜਿਹੜਾ ਵੀ ਪੁਲਿਸ ਵਾਲਾ ਫੜਿਆ ਗਿਆ, ਜਦੋਂ 10,000 ਬੰਦੇ ਦੇ ਤਬਾਦਲਾ ਕੀਤਾ ਨਾ, ਕਿ ਜਿਹੜਾ ਵੀ ਪੁਲਿਸ ਅਫਸਰ ਜਾਂ ਕੋਈ ਵੀ ਮੁਲਾਜ਼ਮ ਫੜਿਆ ਗਿਆ ਨਸ਼ੇ ਦੇ ਨਾਲ ਸੰਬੰਧਿਤ, ਉਹ ਨਾਲ ਦੀ ਨਾਲ ਡਿਸਮਿਸ ਕਰ ਦਿੱਤਾ ਜਾਊਗਾ ਸਰਵਿਸ ਦੇ ਵਿੱਚੋਂ। ਕੱਲ੍ਹ ਸ਼ਾਇਦ ਕਿਸੇ ਨੇ ਇੰਟਰਵਿਊ ਕੀਤੀ ਮਾਲਵਿੰਦਰ ਕੰਗ ਨਾਲ, ਅਤੇ ਉਹਨਾਂ ਨੇ ਇੱਕ DIG ਨੇ ਜੀ ਇੰਦਰਬੀਰ ਸਿੰਘ ਬਕਾਇਦਾ ਨਾਮ ਲੈ ਕੇ ਉਹਨਾਂ ਨੇ ਪੁੱਛਿਆ ਕਿ 2 ਸਾਲ ਤੋਂ ਉਹਨਾਂ ਦੇ NDPS ਦਾ ਪਰਚਾ ਦਰਜ ਹੈ, ਉਹਨਾਂ ਦੇ ਉਹ ਸਰਵਿਸ 'ਚ ਕਿਉਂ ਬਣੇ ਹੋਏ ਨੇ ਜੀ। ਉਹ ਕਹਿੰਦੇ ਜੀ ਮੈਨੂੰ ਤਾਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇ ਤੁਸੀਂ ਸੀਰੀਅਸ ਹੋਵੋ ਜੋ ਤੁਸੀਂ ਕਹਿ ਰਹੇ ਹੋ, ਅਤੇ ਤੁਹਾਡਾ ਇੱਕ DIG ਰੈਂਕ ਦਾ ਬੰਦਾ 2 ਸਾਲ ਤੋਂ ਤਾਂ ਪਰਚਾ ਹੋਇਆ ਹੋਵੇ, ਨਾ ਤੁਸੀਂ ਉਹਨੂੰ ਕਲੀਨ ਚਿੱਟ ਦਿੱਤੀ ਹੈ, ਨਾ ਹੀ ਤੁਸੀਂ ਉਹਤੇ ਕਾਰਵਾਈ ਕੀਤੀ ਆ, ਉਹ ਕੋਈ ਨਾ ਕੋਈ ਪਦ ਦੇ ਉੱਤੇ ਲਾਇਆ ਹੋਇਆ ਹੈਗਾ, ਉਹ ਸਰਵਿਸ 'ਤੇ ਚੱਲ ਰਿਹਾ ਹੈਗਾ ਜੀ, ਫਿਰ ਇਹ ਜੇ ਇਹ ਸੀਰੀਅਸਨੈਸ ਦਿਖਾ ਰਿਹਾ। ਔਰ ਇੱਕ ਪਾਸੇ ਭਗਵੰਤ ਮਾਨ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਜੇ ਕੋਈ ਥੱਲੜੇ ਲੈਵਲ ਦਾ ਜਿਹੜਾ ਉਹ ਬੰਦਾ ਗਲਤੀ ਕਰਦਾ ਪਾਇਆ ਗਿਆ ਤਾਂ ਕਾਰਵਾਈ DC 'ਤੇ ਜਾਂ ਫਿਰ SSP 'ਤੇ ਹੋਊਗੀ। ਹੁਣ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਜਵਾਬ ਦੇ ਦੇਣਾ ਚਾਹੀਦਾ ਕਿ ਜੇ ਥੱਲੇ ਕੋਈ ਤੁਹਾਡਾ MLA ਮੰਤਰੀ ਕੋਈ ਗਲਤ ਕੰਮ ਕਰਦਾ ਹੈ ਤਾਂ ਫਿਰ ਉਹਦੀ ਕਾਰਵਾਈ ਮੁੱਖ ਮੰਤਰੀ ਕਿਉਂ ਨਾ ਭੁਗਤੇ। ਬਿਲਕੁਲ ਭੁਗਤਣੀ ਚਾਹੀਦੀ ਆ ਜੀ। ਹੈੱਡ ਆਫ ਦਾ ਸਟੇਟ ਜੇ ਤੁਸੀਂ ਹੈਗੇ ਹੋ ਤਾਂ ਹੈੱਡ ਆਫ ਦਾ ਸਟੇਟ ਦਾ ਮਤਲਬ ਵੀ ਇਹ ਹੁੰਦਾ ਕਿ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਹੈੱਡ ਆਫ ਦਾ ਸਟੇਟ ਲੈਂਦਾ ਜੀ। ਮੈਂ ਤੁਹਾਨੂੰ ਇਹੀ ਕਹਿ ਰਿਹਾ ਜੀ, ਜਿਹੜੀ ਉਹ ਨੀਅਤ ਦੀ ਆਪਾਂ ਵਾਰ ਵਾਰ ਨੀਅਤ ਦੀ ਗੱਲ ਕਰਦੇ ਹਾਂ, ਸਰਕਾਰ ਵੀ ਵਾਰ ਵਾਰ ਨੀਅਤ ਦੀ ਇਹੀ ਗੱਲ ਕਰਦੀ ਹੈ। ਜਿੰਨੀ ਵਾਰ ਵੀ ਤੁਸੀਂ ਭਗਵੰਤ ਮਾਨ ਸਾਹਿਬ ਤੋਂ ਸੁਣੋ, ਕਹਿੰਦੇ ਜੀ ਬਾਕੀਆਂ 'ਚ ਨੀਅਤ ਨਹੀਂ ਸੀ ਕੰਮ ਕਰਨ ਦੀ, ਸਾਡੇ 'ਚ ਨੀਅਤ ਹੈ ਤਾਂ ਅਸੀਂ ਬਦਲਾਅ ਲਿਆ ਪਾਵਾਂਗੇ, ਪਰ ਨੀਅਤ ਉਹ ਦਿਖ ਨਹੀਂ ਰਹੀ ਹੈਗੀ ਜੀ। ਪਰ ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਆ, ਹਾਂਜੀ ਗੱਲ ਕਰੀਏ, ਇੱਕ ਵਧੀਆ ਧੜੱਲੇ ਦਲ ਜਿਹੜੇ ਪੁਲਿਸ ਅਫਸਰ ਰਹੇ ਆ, ਹੁਣ ਜੇ ਆਪਾਂ ਭਗਵੰਤ ਮਾਨ ਦੀ ਥਾਂ 'ਤੇ ਜੇ ਆਪਾਂ ਕੁੰਵਰ ਵਿਜੇ ਪ੍ਰਤਾਪ ਨੂੰ ਕਹਿ ਦਈਏ, ਫਰਜ਼ ਕਰ ਲਓ ਕੁੰਵਰ ਵਿਜੇ ਪ੍ਰਤਾਪ ਨੂੰ ਆਪਾਂ ਕਹਿ ਦਈਏ ਕਿ ਤੁਸੀਂ ਸਟੇਜ ਦੇ ਉੱਪਰ ਕੌਮੇਡੀ ਕਰਕੇ ਦਿਖਾਓ, ਤਾਂ ਉਹ ਕੌਮੇਡੀ ਜਿਹੜੀ ਆ ਉਹ ਨਹੀਂ ਕਰ ਸਕਦੇ। ਇਸੇ ਤਰੀਕੇ ਦੇ ਨਾਲ ਜੇ ਪੁਲਿਸਿੰਗ ਕਰਵਾਉਣੀ ਸੀ, ਜੇ ਗ੍ਰਹਿ ਮੰਤਰੀ ਦੇ ਤੌਰ 'ਤੇ ਚੁਣਿਆ ਜਾਣਾ ਚਾਹੀਦਾ ਸੀ, ਤਾਂ ਕੁੰਵਰ ਵਿਜੇ ਪ੍ਰਤਾਪ ਤੋਂ ਬੈਟਰ ਕੋਈ ਆਪਸ਼ਨ ਹੀ ਹੈ ਨਹੀਂ ਸੀ ਇਹਨਾਂ ਕੋਲ। ਭਗਵੰਤ ਮਾਨ ਖੁਦ ਬਣ ਕੇ ਮੁੱਖ ਮੰਤਰੀ ਤਾਂ ਬਣੇ ਹੀ ਹੋਏ ਆ, ਮੁੱਖ ਮੰਤਰੀ ਤਾਂ ਮੁੱਖ ਮੰਤਰੀ ਆ, ਗ੍ਰਹਿ ਮੰਤਰੀ ਲੈ ਕੇ, ਅਤੇ ਤੁਹਾਡੇ ਤੋਂ ਪੁਲਿਸਿੰਗ ਚੱਲ ਨਹੀਂ ਰਹੀ। ਨਹੀਂ, ਉਹਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਜੀ,
ਵਾਕਿਆ ਹੀ ਜੇ ਤੁਸੀਂ ਕਾਬਲੀਅਤ ਦੇ ਤੌਰ 'ਤੇ ਦੇਖੋ ਤਾਂ ਕੁੰਵਰ ਵਿਜੇ ਪ੍ਰਤਾਪ ਤੋਂ ਵੱਧ ਕਾਬਲੀਅਤ ਪੁਲਿਸ ਨੂੰ ਹੈਂਡਲ ਕਰਨ ਵਾਸਤੇ ਕਿਸੇ ਕੋਲ ਨਹੀਂ ਹੈ, ਕਿਉਂਕਿ ਉਹ ਸਿਸਟਮ ਦਾ ਇੰਨਾ ਦੇਰ ਤੋਂ ਹਿੱਸਾ ਨੇ, ਉਹਨਾਂ ਨੂੰ ਅੰਦਰੋਂ ਬਾਹਰੋਂ ਸਾਰੀਆਂ ਚੀਜ਼ਾਂ ਦਾ ਪਤਾ ਹੈ। ਪਰ ਕਿਉਂਕਿ ਉਹ ਸਿਸਟਮ ਦਾ ਇੰਨੇ ਚਿਰ ਤੋਂ ਹਿੱਸਾ ਨੇ ਅਤੇ ਇਹ ਪੁਲਿਸ ਫੋਰਸ ਇੰਨੀ ਟੌਪ ਹੈਵੀ ਹੈ, ਜੇ ਅੱਜ ਤੁਸੀਂ ਉਹਨਾਂ ਨੂੰ ਗ੍ਰਹਿ ਮੰਤਰਾਲੇ ਜਾਂ ਆਪਾਂ ਨੂੰ ਕਹਿੰਦੇ ਹੈਗੇ ਦੇ ਦਿੰਦੇ ਹੈਗੇ ਜੀ ਹੋਮ ਮਿਨਿਸਟਰੀ, ਤਾਂ ਅੱਧੀ ਪੁਲਿਸ ਫੋਰਸ ਜਿਹੜੀ ਵੱਡੇ ਅਫਸਰ ਨੇ ਜਿਹੜੇ, ਉਹਨਾਂ ਨੇ ਕਦੇ ਨਾ ਕਦੇ ਉਹਨਾਂ ਤੋਂ ਉੱਪਰ ਕੰਮ ਕੀਤਾ ਹੋਊਗਾ, ਅੱਜ ਉਹ ਉਹਨਾਂ ਨੂੰ ਰਿਪੋਰਟ ਕਰਨ ਵਾਲੇ ਬਣ ਜਾਣਗੇ। ਤਾਂ ਇੱਕ ਬਗਾਵਤ ਜਿਹੜੀ ਆ ਪੁਲਿਸ ਫੋਰਸ, ਤੁਸੀਂ ਇਹ ਵੀ ਤਾਂ ਦੇਖੋ, ਨਹੀਂ ਮੈਂ ਤੁਹਾਨੂੰ ਇੱਕ ਅਸਲੀਅਤ ਜਿਹੜੀ ਹੁੰਦੀ ਹੈ ਨਾ ਉਹ ਵੀ ਨਾਲ ਦੱਸ ਰਿਹਾ ਹੈਗਾ, ਉਹਨਾਂ ਦੀ ਕੁਆਲੀਫਿਕੇਸ਼ਨ ਦੇ ਉੱਤੇ ਕੋਈ ਡਾਊਟ ਨਹੀਂ ਹੈ। ਨਹੀਂ ਮੇਰੇ ਕਹਿਣ ਦਾ ਮਤਲਬ ਤੁਸੀਂ ਦੇਖ ਲਓ ਕਿ ਜਿੱਦਾਂ ਹੁਣ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾ, ਹਾਂਜੀ ਉਹ ਵੀ ਤਾਂ ਅਫਸਰ ਉਹਨਾਂ ਨੂੰ ਤਾਂ ਰਿਪੋਰਟ ਕਰਦੇ ਹੀ ਹੈ ਨਾ। ਔਰ ਤੁਸੀਂ ਇੱਕ ਦੇਖੋ ਬਲਕਾਰ ਸਿੰਘ, ਹਾਂਜੀ ਉਹਦੀ ਅਸ਼ਲੀਲ ਵੀਡੀਓ ਆਈ, ਉਹ ਇੱਕ ਐਸ ਪੀ ਹੈ, ਉਹਨੂੰ ਮੰਤਰੀ ਤੁਸੀਂ ਬਣਾ ਦਿੱਤਾ, ਅਸ਼ਲੀਲ ਵੀਡੀਓ ਵੀ ਆਈ ਆ, ਉਹ ਹਲੇ ਵੀ ਮੰਤਰੀ ਹੈ, ਔਰ ਇੱਕ ਕਟਾਰੂ ਚੱਕ ਵੀ ਆਈ ਆ ਜਾਂ ਕੁਝ, ਐਸ ਪੀ ਨੂੰ ਤੁਸੀਂ ਬਣਾ ਰਹੇ ਹੋ ਮੰਤਰੀ, ਹਾਂਜੀ, ਤੇ ਦੂਜੇ ਪਾਸੇ ਤੁਸੀਂ ਇੱਕ ਆਈ ਜੀ ਲੈਵਲ ਦਾ ਜਿਹੜਾ ਬੰਦਾ ਸੀ ਔਰ ਉਹਨੂੰ ਤੁਸੀਂ ਮਤਲਬ ਇਸ ਤਰੀਕੇ ਨਾਲ ਰੱਖਿਆ, ਔਰ ਦੂਜੇ ਪਾਸੇ ਹੋ ਜਾਂਦਾ ਨਾ ਇੱਕ ਇੰਸਪੈਕਟਰ, ਹਾਂਜੀ ਇੱਕ ਸਿਰਫ ਇੰਸਪੈਕਟਰ ਸੀ ਉਹ ਵੀ ਪੱਕਾ ਇੰਸਪੈਕਟਰ ਨਹੀਂ ਸੀ, ਫੌਜਾ ਸਿੰਘ ਸਰਾਰੀ, ਹਾਂਜੀ ਉਹਨੂੰ ਵੀ ਤੁਸੀਂ ਬਣਾ ਤਾ। ਉਹ ਬਹੁਤ ਐਗਜ਼ਾਮਪਲਾਂ ਮਿਲ ਜਾਣਗੇ ਜੀ, ਬਿਲਕੁਲ ਅਨਪੜ੍ਹ ਬੰਦੇ ਵੀ ਮਿਨਿਸਟਰ ਬਣ ਜਾਂਦੇ ਨੇ, ਕੋਈ ਸ਼ੱਕ ਨਹੀਂ ਹੈਗਾ, ਔਰ ਲੱਗੇ ਵੀ ਹੋਏ ਨੇ, ਮੈਂ ਉਸ ਗੱਲ ਤੋਂ ਨਾ ਨਹੀਂ ਕਰ ਰਿਹਾ, ਮੈਂ ਤੁਹਾਡੇ ਨਾਲ ਕਹਿ ਰਿਹਾ, ਕਿਉਂਕਿ ਜਦੋਂ ਉਸੇ ਵਿਭਾਗ ਦਾ ਬੰਦਾ, ਵਿਭਾਗ ਦੇ ਬੰਦੇ ਕਈ ਵਾਰੀ ਪ੍ਰਚਾਰ ਇਹ ਕਰ ਦਿੰਦੇ ਆ, ਲਓ ਜੀ ਜੇ ਇਹ ਆ ਗਏ ਨਾ, ਹਾਂਜੀ ਤਾਂ ਇਹਨਾਂ ਦੀ ਕੰਟਰੋਵਰਸੀਆਂ ਬੜੀਆਂ ਨੇ ਆਪਸ ਦੇ ਵਿੱਚ, ਮਤਲਬ ਮਾੜੇ ਬੰਦੇ ਇਦਾਂ ਦੀ ਭਾਨੀਆਂ ਤਾਂ ਮਾਰਦੇ ਹੀ ਹੁੰਦੇ, ਬਿਲਕੁਲ ਜੀ, ਲੇਕਿਨ ਉਹੀ ਗੱਲ ਆ ਨਾ, ਪਰ ਮੈਨੂੰ ਲੱਗਦਾ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਇਸ ਤਰੀਕੇ ਦੇ ਨਾਲ ਕੋਈ ਜ਼ਿੰਮੇਵਾਰੀ ਤੇ ਹੁੰਦੇ ਗ੍ਰਹਿ ਵਿਭਾਗ ਵਰਗੀ ਤੇ, ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਫਾਇਦਾ ਹੀ ਹੋਣਾ ਸੀ, ਵਿਭਾਗ ਚੰਗੇ ਤਰੀਕੇ ਨਾਲ ਚੱਲਦਾ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਚੰਗੇ ਤਰੀਕੇ ਨਾਲ, ਮੰਤਰੀ ਨਾ ਸਹੀ ਤੁਸੀਂ ਉਹਨਾਂ ਨੂੰ ਸਲਾਹਕਾਰ ਦੇ ਤੌਰ 'ਤੇ ਵੀ ਵਰਤ ਸਕਦੇ ਹੋ, ਇਸ ਗ੍ਰਹਿ ਵਿਭਾਗ ਦੇ ਨਾਲ ਹੀ ਸਲਾਹਕਾਰ ਜਾਂ ਪਾਵਰਾਂ ਦਿੱਤੀਆਂ ਜਾ ਸਕਦੀਆਂ ਨੇ ਜੇ ਤੁਸੀਂ ਉਹਨਾਂ ਤੋਂ ਕੰਮ ਲੈਣਾ ਹੈਗਾ, ਕਿਉਂਕਿ ਉਹਨਾਂ ਨੂੰ ਅੰਦਰ ਬਾਹਰ ਸਾਰੇ ਇਸ ਵਿਭਾਗ ਦਾ ਪਤਾ ਹੈ, ਉਹ ਜਲਦੀ ਦੱਸ ਸਕਦੇ ਉਹਨਾਂ ਤੋਂ ਜੀ ਇਸ ਤਰੀਕੇ ਨਾਲ ਨਹੀਂ ਲਿਆ ਜਾ ਰਿਹਾ ਜਿਹੜੇ ਚੀਜ਼ਾਂ ਦੇ ਕਰਕੇ ਉਹਨਾਂ ਨੂੰ ਲੈ ਕੇ ਆਏ ਨਾ, ਬੇਅਦਬੀ ਤੇ ਗੋਲੀ ਕਾਂਡਾਂ ਦੇ ਕਰਕੇ, ਉਹਨਾਂ ਮਸਲਿਆਂ 'ਤੇ ਵੀ ਉਹਨਾਂ ਦੀ ਜਿਹੜੀ ਸੁਣੀ ਨਹੀਂ ਜਾ ਰਹੀ, ਹੋਰ ਤਾਂ ਚਲੋ ਕੰਮ ਉਹਨਾਂ ਤੋਂ ਲੈਣਾ ਹੀ ਕੀ। ਬਿਲਕੁਲ ਇਹ ਖਬਰਾਂ ਲਗਾਤਾਰ ਪ੍ਰਕਾਸ਼ਿਤ ਹੋ ਰਹੀਆਂ ਨੇ, ਉਸ ਤੋਂ ਬਾਅਦ ਵੀ ਕਦੇ ਇਹ ਨਹੀਂ ਆਇਆ ਕਿ ਉਹਨਾਂ ਨੂੰ ਬੁਲਾ ਕੇ ਕੋਈ ਮੀਟਿੰਗ ਕੀਤੀ ਗਈ ਹੋਵੇ, ਉਹਨਾਂ ਦਾ ਪੱਖ ਸੁਣਿਆ ਗਿਆ ਹੋਵੇ ਜਾਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਹੋਵੇ, ਇਸ ਤਰ੍ਹਾਂ ਦੀ ਕੋਈ ਸਾਹਮਣੇ ਨਹੀਂ ਆਈ ਹੈਗੀ। ਬਿਲਕੁਲ ਚਲੋ ਸਰ, ਤੁਸੀਂ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਤਾਂ ਇਹ ਸਨ ਸਰਦਾਰ ਹਰਕਿਰਨ ਸਿੰਘ, ਜਿਨ੍ਹਾਂ ਨੇ ਸਾਨੂੰ ਬੜੇ ਵਧੀਆ ਅੰਕੜਿਆਂ ਦੇ ਨਾਲ ਸਮਝਾਇਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਔਰ ਡਰੱਗ ਦੀ ਸਿਚੁਏਸ਼ਨ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਖਰਾਬ ਹੋਈ ਆ ਔਰ ਕਿਉਂ ਠੀਕ ਨਹੀਂ ਹੋ ਪਾ ਰਹੀ, ਇਹ ਵੀ ਜਿਹੜੀਆਂ ਉਹਨਾਂ ਨੇ ਗੱਲਾਂ ਸਾਨੂੰ ਦੱਸੀਆਂ ਨੇ। ਉਮੀਦ ਕਰਦੇ ਹਾਂ ਕਿ ਉਹਨਾਂ ਦੇ ਨਾਲ ਕੀਤੀ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਜ਼ਰੂਰ ਪਸੰਦ ਆਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।